ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ। ਪੰਜਾਬੀ ਰੇਡੀਓ ਯੂ ਐੱਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ 28 ਮਾਰਚ ਦਿਨ ਮੰਗਲਵਾਰ ਅਤੇ ਮੇਰੇ ਨਾਲ ਇਸ ਟਾਈਮ ਸਵੇਰ ਦੇ ਖਬਰ ਅਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋੜ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਅਮਰਜੀਤ ਦੋਸਾਂਝ ਜੀ ਯੂਨੀਵਰਸਿਟੀ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਟਵਾਟਰ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-7-2600-9798 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ ਵੀ ਨੋਇਡਾ ਦੇ ਵਿੱਚ ਨਾਈਜੀਰੀਅਨ ਮੂਲ ਦੇ ਵਿਦਿਆਰਥੀਆਂ ਦੇ ਉੱਤੇ ਹਮਲਾ, 150 ਬੰਦੇ ਦੇ ਉੱਤੇ ਪਰਚਾ ਦਰਜ। ਤਿੰਨ ਨਾਈਜੀਰੀਅਨ ਵਿਦਿਆਰਥੀਆਂ ਨਾਲ ਬਹੁਤ ਬੁਰੀ ਹੋਈ। ਕੋਈ ਉਹ ਜਿਵੇਂ ਸਾਡੇ ਇੱਥੇ ਪੰਜਾਬੀ ਚ ਕਹਿੰਦੇ ਆ ਕੀਤੀਆਂ ਦੁੱਲੇ ਦੀਆਂ ਗਈਆਂ ਪੇਸ਼ ਲੱਭੀ ਦੇ ਆ, ਇਹਨਾਂ ਦਾ ਕੋਈ ਕਸੂਰ ਨਹੀਂ ਸੀ। ਦਰਅਸਲ ਗੱਲ ਇਹ ਹੋਈ ਕਿ ਨੋਇਡਾ ਦੇ ਇੱਕ ਇਲਾਕੇ ਦਾ 12ਵੀਂ ਚ ਪੜ੍ਹਦਾ ਮੁੰਡਾ ਓਵਰਡੋਜ਼ ਨਾਲ ਮਰ ਗਿਆ। ਉਹਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਹ ਨੇੜੇ ਤੇੜੇ ਜਿਹੜੇ ਉੱਥੇ ਇਸ ਤਰ੍ਹਾਂ ਦੇ ਅਫਰੀਕਨ ਮੂਲ ਦੇ ਵਿਦਿਆਰਥੀ ਰਹਿੰਦੇ ਸੀਗੇ, ਇਹ ਉਹਨਾਂ ਦੇ ਕੋਲ ਗਿਆ, ਉਹਨਾਂ ਨੇ ਇਹਨੂੰ ਨਸ਼ਾ ਪਤਾ ਪਿਲਾਤਾ ਤੇ ਉਹਦੇ ਨਾਲ ਇਹਦੀ ਮੌਤ ਹੋਈ ਆ। ਉਸ ਤੋਂ ਬਾਅਦ ਉਹ ਇੱਕ ਕੈਂਡਲ ਜਲੂਸ ਕੱਢਦੇ ਪਏ ਸਨ, ਮੋਮਬੱਤੀਆਂ ਜਗਾ ਕੇ ਜਲੂਸ ਕੱਢਦੇ ਸੀ ਕਿ ਸਾਨੂੰ ਨਿਆਂ ਦਿਓ, ਨਿਆਂ ਦਿਓ, ਇਨਸਾਫ਼ ਦਿਓ। ਇਸੇ ਤਰ੍ਹਾਂ ਇਹ ਕਰਦੇ 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 ਇੱਕ ਪਰੀ ਚੌਂਕ ਆ ਉੱਥੇ ਨੋਇਡਾ ਦੇ ਵਿੱਚ, ਉਸ ਚੌਂਕ ਦੇ ਵਿੱਚ ਪਹੁੰਚ ਗਈ ਤੇ ਉੱਥੇ ਜਾ ਕੇ ਖੜ ਗਏ ਜੀ। ਇਸੇ ਦੌਰਾਨ ਲਾਗੇ ਇੱਕ ਮਾਲ ਸੀਗਾ, ਮਾਲ ਦੇ ਵਿੱਚ ਇਹਨਾਂ ਨੂੰ ਤਿੰਨ ਨਾਈਜੀਰੀਅਨ ਸਟੂਡੈਂਟ ਜਿਹੜੇ ਸ਼ੋਪਿੰਗ ਵਾਪਿੰਗ ਕਰਦੇ ਦਿਸ ਪਏ। ਇਹ ਤੁਹਾਨੂੰ ਪਤਾ ਫਿਰ ਸਾਡੇ ਇੱਥੋਂ ਦੇ ਲੋਕਤੰਤਰ ਨੂੰ ਕਈ ਵਾਰੀ ਦੌਰਾ ਵੀ ਪੈ ਜਾਂਦਾ, ਦੌਰਾ ਇਸ ਤਰ੍ਹਾਂ ਵੀ ਪੈਂਦਾ। ਅੱਜ ਇੱਕ ਹੋਰ ਵੀ ਘਟਨਾ ਵਾਪਰੀ ਕਿ ਡੈਨ ਦੱਸ ਕੇ ਬਿਹਾਰ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਜਿਉਂਦਾ ਚਲਾ ਦਿੱਤਾ ਗਿਆ। ਉਹ ਵੀ ਤੇ ਲੋਕਤੰਤਰ ਦੇ ਲੋਕ ਹੀ ਸਨ, ਸਮੂਹਿਕ ਤੌਰ ਤੇ ਸਹਿਮਤੀ ਪ੍ਰਗਟਾ ਕੇ ਜੀ ਹਾਂਜੀ ਕਿ ਡੈਨ ਆ, ਉਹਨੂੰ ਅੱਗ ਲਾ ਦਿੱਤੀ। ਉਹ ਇਸੇ ਤਰ੍ਹਾਂ ਇਹ ਲੋਕਤੰਤਰ ਸੀਗਾ ਜਿਹੜਾ, ਇਹਨੂੰ ਵੀ ਮਿਰਗੀ ਪੈ ਗਈ, ਭੱਜ ਕੇ ਤੇ ਉਹਨੂੰ ਜਾ ਪਿਆ ਜਿਹੜਾ ਉਹ ਗਰੁੱਪ ਇੱਕ ਉੱਥੇ ਤਿੰਨ ਨਾਈਜੀਰੀਅਨ ਸਟੂਡੈਂਟ ਦਾ ਸ਼ੋਪਿੰਗ ਕਰਦਾ ਪਿਆ ਸੀ ਸ਼ੋਪਿੰਗ ਮਾਲ ਦੇ ਵਿੱਚ। ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ, ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਥਾਂ ਥਾਂ ਤੋਂ ਤੋੜ ਦਿੱਤੇ ਗਏ, ਜਦਕਿ ਉਹਨਾਂ ਨਾਈਜੀਰੀਅਨ ਸਟੂਡੈਂਟ ਦਾ ਕੋਈ ਇਸ ਮਾਮਲੇ ਨਾਲ ਲਾਗਾ ਟਿੱਕਾ ਨਹੀਂ ਸੀ। ਜਿਹਨਾਂ ਤੇ ਇਹਨਾਂ ਨੇ ਕਿਹਾ ਕਿ ਹਾਂਜੀ ਇਹ ਬੰਦੇ ਜਿਹਨਾਂ ਨੇ ਨਸ਼ਾ ਪੱਤਾ ਇਹਨੂੰ ਖਿਲਾਇਆ ਪਿਲਾਇਆ, ਉਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ, ਇੱਥੋਂ ਤੱਕ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਬਾਅਦ ਦੇ ਵਿੱਚ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ, ਵੀਜ਼ਾ ਉਹਨਾਂ ਦਾ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਸਾਰਾ ਕੁਛ ਹੋ ਗਿਆ, ਪਰ ਉਹ ਜਿਹੜੇ ਤਿੰਨ ਸਟੂਡੈਂਟ ਸਨ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ, ਕੁੱਟ ਕੇ ਹੁਣ ਉਹਨਾਂ ਨੂੰ ਅਦਮੋਇਆ ਕਰਕੇ ਉੱਥੇ ਭੀੜ ਚਲੇ ਗਈ। ਚਲੀ ਵੀ ਕਦੀ ਗਈ, ਪੁਲਿਸ ਆਈ, ਪੁਲਿਸ ਛਡਾਉਣ ਪਈ, ਪੁਲਿਸ ਨੂੰ ਅੱਗੋਂ ਹੋਏ ਫਿਰ ਭੀੜ ਪੈ ਗਈ, ਪੁਲਿਸ ਭੱਜ ਕੇ ਨਿਕਲੀ ਉੱਥੋਂ, ਫਿਰ ਪੁਲਿਸ ਕਾਫੀ ਇਕੱਠੀ ਹੋ ਕੇ ਆਈ ਤੇ ਇਹਨਾਂ ਨੂੰ ਚਿੱਤਰ ਵਿਤਰ ਕੀਤਾ, ਪਰ ਉਦੋਂ ਤੱਕ ਉਹਨਾਂ ਦੀ ਬੁਰੀ ਹਾਲਤ ਕਰ ਦਿੱਤੀ ਸੀ। ਫਿਰ ਇਸ ਮੁਤਲਕ ਅੱਜ ਇਹਨਾਂ ਨੇ ਕਾਰਵਾਈ ਕੀਤੀ, ਕਾਰਵਾਈ ਸ਼ਾਇਦ ਨਾ ਹੀ ਹੁੰਦੀ ਕਿਉਂਕਿ ਯੋਗੀ ਰਾਜ ਆ ਉੱਥੇ, ਭੀੜ ਤੰਤਰ ਦਾ ਤਾਂ ਕੰਮ ਹੁਣ ਬਹੁਤ ਜ਼ਿਆਦਾ ਮਗਿਆ ਪਿਆ। ਇਹ ਫਿਰ ਮੁੱਦਾ ਇਸ ਕਰਕੇ ਗਰਮਾ ਗਿਆ ਕਿਉਂਕਿ ਇੱਕ ਸਟੂਡੈਂਟ ਨੇ ਸੁਸ਼ਮਾ ਸਵਰਾਜ ਨੂੰ ਟਵੀਟ ਕਰ ਦਿੱਤਾ ਕਿ ਹੁਣ ਇੱਥੇ ਨੋਇਡਾ ਦੇ ਵਿੱਚ ਰਹਿਣਾ ਸਾਡੇ ਲਈ ਖਤਰੇ ਤੋਂ ਖਾਲੀ ਨਹੀਂ। ਇੱਕ ਬੜੀ ਬੇਸ਼ਰਮੀ ਵਾਲੀ ਗੱਲ ਸੀ ਕਿ ਸਾਡੇ ਇੱਥੋਂ ਦੇ ਤੰਤਰ ਲਈ ਕਿ ਸਟੂਡੈਂਟ ਜਿਹੜੇ ਬਾਹਰੋਂ ਆਏ ਸਟੂਡੈਂਟ ਆ ਉਹ ਇਹ ਕਹਿ ਰਹੇ ਆ ਕਿ ਹੁਣ ਸਾਡੇ ਲਈ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ। ਸੁਸ਼ਮਾ ਸਵਰਾਜ ਨੇ ਫਿਰ ਯੋਗੀ ਆਦਿੱਤਿਆਨਾਥ ਨੂੰ ਟੈਲੀਫੋਨ ਕੀਤਾ ਕਿ ਭਾਈ ਇਹ ਠੀਕ ਹੋਣ ਲੱਗ ਪਿਆ। ਫਿਰ ਇਹਨਾਂ ਨੇ ਤੁਰੰਤ ਤੁਰੰਤ ਕਾਰਵਾਈ ਕੀਤੀ, 150 ਬੰਦੇ ਤੇ ਪਰਚਾ ਦਰਜ ਕਰ ਲਿਆ, ਇਹਨਾਂ ਚੋਂ 5-7 ਫੜੇ ਆ, ਬਾਕੀ ਹਾਲੇ ਇਹਨਾਂ ਦੇ ਕਾਗਜ਼ਾਂ ਚ ਫਰਾਰ ਆ, ਪਤਾ ਨੀ ਫਰਾਰ ਆ ਜਾਂ ਉੱਥੇ ਕਿਤੇ ਆਪਣੀਆਂ ਮੋਟਰ ਗੱਡੀਆਂ ਤੇ ਸਵਾਰ ਆ, ਇਹ ਤਾਂ ਸਮਾਂ ਦੱਸੇਗਾ। ਪਰ ਜਿੱਦਾਂ ਦੀਆਂ ਜੋ ਦੋ ਘਟਨਾਵਾਂ ਵਾਪਰੀਆਂ ਇਹਨਾਂ ਨੇ ਇੱਕ ਵਾਰੀ ਫਿਰ ਮੋੜ ਲਾ ਦਿੱਤੀ ਕਿ ਸਾਡਾ ਜਿਹੜਾ ਜਿਵੇਂ ਮੈਂ ਅੱਗੇ ਕਿਹਾ ਨਾ ਕਿ ਲੋਕਤੰਤਰ ਕਈ ਵਾਰੀ ਦੇਹ ਪਲਟ ਜਾਂਦਾ, ਦੇਹ ਪਲਟ ਕੇ ਇਹ ਲੋਕਤੰਤਰ ਲੋਕਾਂ ਦਾ ਤੰਤਰ ਫਿਰ ਵਾਕਈ ਲੋਕਾਂ ਦਾ ਤੰਤਰ ਬਣ ਜਾਂਦਾ, ਭੀੜ ਤੰਤਰ ਚ ਤਬਦੀਲ ਹੋ ਜਾਂਦਾ, ਤੇ ਜਦੋਂ ਭੀੜ ਤੰਤਰ ਚ ਤਬਦੀਲ ਹੁੰਦਾ ਉਦੋਂ ਬਹੁਤ ਕੁਛ ਹੈ ਜਿਹੜਾ ਉਹ ਅਨਰਥ ਹੋ ਜਾਂਦਾ। ਇਹ ਦੋ ਘਟਨਾਵਾਂ ਅੱਜ ਦੀਆਂ ਇਹ ਮਿਸਾਲ ਆ ਕਿ ਲੋਕਤੰਤਰ ਜਦੋਂ ਬੇਹ ਪਲਟਦਾ ਫਿਰ ਉਦੋਂ ਹੱਡੀਆਂ ਦਾ ਚੂਰਮਾ ਇਸੇ ਤਰ੍ਹਾਂ ਬਣ ਜਾਂਦਾ। ਜੀ ਜੀ,
ਅਗਲੇ ਮਿੰਟ ਜੀ ਗੱਲ ਕਰੀਏ ਵੀ ਸਾਬਕਾ ਮੰਤਰੀ ਤੇ ਅਕਾਲੀ ਆਗੂ ਸੂਬਾ ਸਿੰਘ ਬਾਦਲ ਦਾ ਦੇਹਾਂਤ। ਗੁਰਦੇਵ ਸਿੰਘ ਬਾਦਲ ਹੋਰੀ ਅੱਜ ਅਕਾਲ ਚਲਾਣਾ ਕਰਕੇ 85 ਸਾਲ ਇਹਨਾਂ ਦੀ ਉਮਰ ਸੀਗੀ। ਇਹਨਾਂ ਦਾ ਵੈਸੇ ਰਿਕਾਰਡ ਇੱਕ ਸ਼ਾਨਦਾਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜੇ ਅਕਾਲੀ ਦਲ ਚੋਂ ਕਿਸੇ ਨੇ ਚੋਣ ਵੱਧ ਜਿੱਤੀ ਹੈ, ਸਭ ਤੋਂ ਜ਼ਿਆਦਾ ਵਾਰ ਚੋਣ ਜਿੱਤੀ ਹੈ, ਤੇ ਉਹ ਗੁਰਦੇਵ ਸਿੰਘ ਬਾਦਲ ਹੈ। ਸਾਬਕਾ ਖੇਤੀ ਮੰਤਰੀ ਵੀ ਸੀ ਗੁਰਦੇਵ ਸਿੰਘ ਬਾਦਲ। ਲੰਮਾ ਸਮਾਂ ਅਕਾਲੀ ਦਲ ਨਾਲ ਜੁੜਿਆ ਰਿਹਾ, ਬਹੁਤ ਸਾਰੇ ਮੋਰਚਿਆਂ ਚ ਹਿੱਸਾ ਲਿਆ, ਜੇਲਾਂ ਕੱਟੀਆਂ। ਮੈਂ ਕਹਿੰਦਾ ਕਿ ਇੱਕ ਸਮਾਂ ਇਹੋ ਜਿਹਾ ਸੀ ਕਿ ਇਹਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀਗਾ, ਪਰ ਜਿਵੇਂ ਕਿ ਹੁੰਦਾ ਆਇਆ, ਮੁੜ ਕੇ ਕੁਛ ਵਾਦ ਅਪਵਾਦ ਹੋਏ। ਚਲੋ ਉਹ ਗੱਲ ਛੱਡੋ, ਕਿਉਂਕਿ ਉਹ ਹੁਣ ਇਸ ਸਮੇਂ ਸੰਸਾਰ ਦੇ ਵਿੱਚ ਨਹੀਂ ਬਹੁਤਾ ਕੀ ਕਿੱਸਾ ਫੋਲਣਾ। ਉਂਝ ਕਾਫੀ ਦਿਨਾਂ ਤੋਂ ਬਿਮਾਰ ਸੀਗੇ, ਅੱਜ ਹਸਪਤਾਲ ਦੇ ਵਿੱਚ ਇਹਨਾਂ ਨੇ ਦਮ ਤੋੜ ਦਿੱਤਾ, 4 ਵਜੇ ਇਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਉਹਦਾ ਅੱਜ ਇੱਕ ਹੋਰ ਮੰਦਭਾਗੀ ਖਬਰ ਆਈ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਉਹਨਾਂ ਦਾ ਨਾਂ ਸ਼ੇਰ ਸਿੰਘ ਮੰਡ, ਉਹਨਾਂ ਦੇ ਨੌਜਵਾਨ ਸਪੁੱਤਰ ਜਗਮੀਤ ਸਿੰਘ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਨੇੜੇ ਇੱਕ ਸੜਕ ਹਾਦਸੇ ਚ ਮਾਰੇ ਗਏ। ਨੌਜਵਾਨ ਮੁੰਡਾ ਸੀਗਾ, ਥੋੜਾ ਸਮਾਂ ਪਹਿਲਾਂ ਉਹਦਾ ਵਿਆਹ ਹੋਇਆ ਸੀਗਾ। ਉਹ ਵੀ ਇੱਕ ਮੰਦਭਾਗੀ ਖਬਰ ਆਈ ਹੈ। ਸੋ ਦੋ ਮੰਦਭਾਗੀਆਂ ਖਬਰਾਂ ਜਿਹੜੀਆਂ ਅੱਜ ਅਕਾਲੀ ਸਫ਼ਾ ਚੋਂ ਆਈਆਂ ਨੇ। ਅਸੀਂ ਸਿਰਫ਼ ਤੇ ਸਿਰਫ ਸ਼ੋਕ ਹੀ ਪ੍ਰਗਟ ਕਰ ਸਕਦੇ, ਹੋਰ ਤੇ ਬਹੁਤਾ ਕੁਛ ਨਹੀਂ ਹੈ ਸਾਡੇ ਹੱਥ। ਪਰ ਇੱਕ ਚੀਜ਼ ਅੱਜ ਵੀ ਵੇਖਣ ਨੂੰ ਮਿਲੀ ਹੈ, ਜਿਹਦੀ ਅਕਸਰ ਅਸੀਂ ਸ਼ਿਕਾਇਤ ਕਰਦੇ ਹਾਂ, ਗਿਲਾ ਕਰਦੇ ਹਾਂ, ਕਿ ਕੁਛ ਲੋਕ ਸਿਆਣੇ ਵਿਆਣੇ ਲੋਕ, ਚਲੋ ਕੁਛ ਜਿਹੜੇ ਮੇਰੇ ਵਰਗੇ ਘੱਟ ਬੁੱਧੀ ਦੇ ਮਾਲਕ ਹੋ ਤੇ ਕਹਿਣ ਕਹਿਣ, ਮੈਂ ਦੇਖਦਾ ਪਿਆ ਸਾਂ ਜਿਹੜੇ ਬਹੁਤ ਆਪਣੇ ਆਪ ਨੂੰ ਅਗਾਂਹ ਵਧੂ ਦੱਸਦੇ ਆ, ਦਰਸਾਉਂਦੇ ਆ, ਉਹ ਲੋਕ ਵੀ ਕਿਸੇ ਦੀ ਮੌਤ ਤੇ ਖੁਸ਼ੀ ਮਨਾਉਂਦੇ ਪਏ ਸੀ। ਉਸ ਗੱਲ ਨੂੰ ਲੈ ਕੇ ਰੋਸ ਜਿਹਾ ਹੋਇਆ ਕਿ ਦੇਖੋ ਕਰਮ ਆਪਦੇ ਆ, ਜੇ ਕੋਈ ਮਾੜਾ ਕਰਦਾ ਚੰਗਾ ਕਰਦਾ ਉਹਦੇ ਨਾਲ ਸਹਿਮਤ ਅਸਹਿਮਤ ਹੋਣਾ ਤੁਹਾਡੇ ਤੇ ਨਿਰਭਰ ਆ। ਇਸ ਤਰ੍ਹਾਂ ਖੁਸ਼ੀ ਨਹੀਂ ਮਨਾਉਣੀ ਚਾਹੀਦੀ, ਇਹ ਇਖਲਾਕ ਹੈ ਜਿਹੜਾ ਪੰਜਾਬੀਆਂ ਦਾ, ਉਹ ਇਜਾਜ਼ਤ ਨਹੀਂ ਦਿੰਦਾ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਪੰਜਾਬ ਦੇ ਗਵਰਨਰ ਨੇ ਆਪਣੇ ਭਾਸ਼ਣ ਦੌਰਾਨ ਪਿਛਲੀ ਸਰਕਾਰ ਦਾ ਚਿੱਠਾ ਫੋਲਿਆ, ਕਿਹਾ ਲਿਆਵਾਂਗੇ ਵਾਈਟ ਪੇਪਰ। ਗਵਰਨਰ ਦਾ ਭਾਸ਼ਣ ਜਿਹੜਾ ਸੀਗਾ ਉਹ ਬਹੁਤ ਦੋ ਦਿਨਾਂ ਤੋਂ ਉਡੀਕਿਆ ਜਾ ਰਿਹਾ ਸੀਗਾ, ਕਿਉਂਕਿ ਪਹਿਲਾਂ ਇਹਨਾਂ ਨੇ ਏਜੰਡੇ ਚ ਦਿੱਤਾ ਸੀਗਾ ਕਿ ਇਸ ਭਾਸ਼ਣ ਤੇ ਅਸੀਂ ਬਹਿਸ ਕਰਵਾਵਾਂਗੇ। ਆਮ ਆਦਮੀ ਪਾਰਟੀ ਵਾਲੇ ਕੱਛਾ ਵਜਾਉਂਦੇ ਸਨ ਕਿ ਪਹਿਲਾਂ ਹੀ ਸਾਨੂੰ ਮੌਕਾ ਮਿਲ ਜਾਏਗਾ, ਯਾਨੀ ਅਸੀਂ ਮੈਦਾਨ ਚ ਵੜਾਂਗੇ ਤੇ ਪਹਿਲੀ ਕਬੱਡੀ ਸਾਡੀ ਆ ਜਾਣੀ ਆ। ਕਬੱਡੀ ਦੇ ਵਿੱਚ ਇਹ ਮਸ਼ਹੂਰ ਆ ਕਿ ਜਿਹਦੀ ਪਹਿਲੀ ਰੇਡ ਆ ਜੇ ਅਕਸਰ ਜਿੱਤ ਜਾਂਦਾ, ਕਿਉਂਕਿ ਇੱਕ ਅੱਧਾ ਨੰਬਰ ਉਹਦੇ ਨਾਲ ਵੱਧ ਜੁੜ ਜਾਂਦਾ ਜਦੋਂ ਪਹਿਲਾ ਨੰਬਰ ਲੈਣਾ ਹੁੰਦਾ। ਉਹ ਇਹਨਾਂ ਨੂੰ ਇਹ ਸੀਗਾ ਕਿ ਭਾਸ਼ਣ ਤੇ ਬਹਿਸ ਹੋਏਗੀ, ਚਲੋ ਸਾਨੂੰ ਬੋਲਣ ਦਾ ਮੌਕਾ ਮਿਲੇਗਾ। ਚਾਹ ਮਲਾਰ ਵੀ ਹੁੰਦਾ, ਜਿਹੜੇ ਸੱਜਰੇ ਸੱਜਰੇ ਅਸੈਂਬਲੀ ਚ ਗਏ ਹੋਣ ਉਹਨਾਂ ਨੂੰ ਹੁੰਦਾ ਕਿ ਅਸੀਂ ਬੋਲੀਏ, ਮੌਕਾ ਮਿਲੇ। ਪਰ ਬਾਅਦ ਦੇ ਵਿੱਚ ਕੀ ਹੋਇਆ ਸੀ ਕਿ ਕੈਪਟਨ ਸਰਕਾਰ ਨੇ ਪੈਂਟ ਦਾ ਬਦਲਦਿਆਂ ਜਿਹੜਾ ਕੱਲ ਤੜਕੇ ਏਜੰਡਾ ਪੇਸ਼ ਕੀਤਾ ਪ੍ਰੋਗਰਾਮ ਦਾ, ਅਸੈਂਬਲੀ ਦੇ ਪ੍ਰੋਗਰਾਮ ਦਾ, ਵਿਧੀ ਵਿਧਾਨ ਦਾ ਸਾਰਾ, ਉਹਦੇ ਚ ਇਹਨਾਂ ਨੇ ਕਿਹਾ ਕਿ ਜਿਹੜਾ ਗਵਰਨਰ ਦਾ ਭਾਸ਼ਣ ਹੋਊ ਉਹਦੇ ਚ ਬਹਿਸ ਜਿਹੜੀ ਅਗਲੇ ਇਜਲਾਸ ਚ ਕਰਾਂਗੇ। ਇੱਥੋਂ ਹੀ ਆਮ ਆਦਮੀ ਪਾਰਟੀ ਵਾਲਿਆਂ ਨੇ ਕੱਲ ਵਾਕਆਊਟ ਕੀਤਾ ਸੀ, ਇਹੀ ਕਾਰਨ ਸੀਗਾ। ਉਹ ਕਹਿੰਦੇ ਸਨ ਕਿ ਏਜੰਡੇ ਚ ਤੁਸੀਂ ਜਦੋਂ ਪਹਿਲਾਂ ਪ੍ਰੋਗਰਾਮ ਦਿੱਤਾ ਸੀਗਾ ਕਿ ਭਾਸ਼ਣ ਤੇ ਬਹਿਸ ਕਰਨੀ ਆ, ਫਿਰ ਤੁਸੀਂ ਬਾਅਦ ਦੇ ਵਿੱਚ ਇਹਨੂੰ ਕੱਟਿਆ ਕਿਉਂ? ਇੱਥੋਂ ਲੈ ਕੇ ਹੀ ਇਹ ਵਾਕਆਊਟ ਦਾ ਮੁੱਢ ਵਧਿਆ ਸੀਗਾ। ਕੱਲ੍ਹ ਤੇ ਨਾਅਰੇਬਾਜ਼ੀ ਵੀ ਕਰ ਆਏ ਸਨ ਮੇਰੇ ਖਿਆਲ ਦੇ ਨਾਲ ਸੁਖਪਾਲ ਸਿੰਘ ਖਹਿਰਾ ਨਾਲ ਸਿਮਰਨਜੀਤ ਸਿੰਘ ਬਹਿਸ ਜਿਹੜੇ ਆ, ਤੁਹਾਨੂੰ ਪਤਾ ਉੱਥੇ ਅਕਸਰ ਹੀ ਅਸੈਂਬਲੀ ਦੇ ਵਿੱਚ ਵਾਹਵਾ ਰੌਣਕ ਮੇਲਾ ਕਰ ਜਾਂਦੇ ਆ। ਉਹ ਇਹਨਾਂ ਨੇ ਕੱਲ੍ਹ ਉੱਥੇ ਵਾਕਆਊਟ ਇਸੇ ਕਾਰਨ ਕਰਕੇ ਕੀਤਾ ਸੀ। ਅੱਜ ਉਹ ਭਾਸ਼ਣ ਹੋਇਆ, ਉਸ ਭਾਸ਼ਣ ਦੇ ਵਿੱਚ 34 ਮਿੰਟ ਦਾ ਜਿਹੜਾ ਭਾਸ਼ਣ ਸੀ ਉਹਦੇ ਚ ਲਗਭਗ ਕਹਿ ਲਈਏ ਕਿ ਕਾਂਗਰਸ ਦਾ ਮੈਨੀਫੈਸਟੋ ਪੜਿਆ ਗਿਆ, ਉਹਦੇ ਚ ਹੋਰ ਕੁਛ ਨਹੀਂ ਸੀ ਕਦਰ ਪਾਉਣ ਨੂੰ। ਇੱਕ ਇਹ ਚੀਜ਼ ਜ਼ਰੂਰ ਨਵੀਂ ਹੋਈ ਆ ਕਿ ਵਾਈਟ ਪੇਪਰ ਹੀ ਲਿਆਉਣਗੇ। ਵਾਈਟ ਪੇਪਰ ਵੀ ਜਿਹੜਾ ਬਹੁਤੇ ਲੋਕ ਕਹਿੰਦੇ ਕਿ ਵਾਈਟ ਪੇਪਰ ਕੀ ਹੈ, ਵਾਈਟ ਪੇਪਰ ਮੈਂ ਦੱਸ ਦੇਵਾਂ ਕਿ ਵਾਈਟ ਪੇਪਰ ਇਕੱਲਾ ਹੀ ਨਹੀਂ ਹੁੰਦਾ ਕਿ ਸਫੇਦ ਖਾਲੀ ਕੋਰਾ ਕਾਗਜ਼ ਹੀ ਹੁੰਦਾ। ਵਾਈਟ ਪੇਪਰ ਦਾ ਮਤਲਬ ਕਹਿ ਸਕਦੇ ਪੰਜਾਬੀ ਚ ਕੱਚਾ ਚਿੱਟਾ ਖੇਤ ਦਾ ਫੋਲਣਾ। ਸੋ ਉਹ ਇਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਨਾਕਾਮਯਾਬੀਆਂ ਸੀਗੀਆਂ ਉਹ ਅਸੀਂ ਵਾਈਟ ਪੇਪਰ ਦੇ ਜ਼ਰੀਏ ਲੋਕਾਂ ਚ ਰੱਖਾਂਗੇ। ਦੂਜਾ ਇਹਨਾਂ ਨੇ ਕਿਹਾ ਕਿ ਖਜ਼ਾਨੇ ਦੀ ਹਾਲਤ ਹੈ ਜਿਹੜੀ ਖਰਾਬ ਹੈ। ਭਾਸ਼ਣ ਦੇ ਵਿੱਚ ਇਹ ਕਿਹਾ ਗਿਆ ਕਿ 10 ਸਾਲਾਂ ਚ ਸੂਬੇ ਦਾ ਜਿਹੜਾ ਕਰਜ਼ਾ ਸੀਗਾ ਉਹ 48,344 ਕਰੋੜ ਤੋਂ ਵੱਧ ਕੇ 1,82,537 ਕਰੋੜ ਹੋ ਗਿਆ। ਫਿਰ ਇਹਨਾਂ ਨੇ ਕਿਹਾ ਜੀ ਕਿ ਸਾਨੂੰ ਵਿਰਸੇ ਦੇ ਵਿੱਚ ਹੀ ਖਾਲੀ ਖਜ਼ਾਨਾ ਮਿਲਿਆ ਤੇ ਮਾਲੀ ਘਾਟਾ ਜਿਹੜਾ ਉਹ 13,484 ਕਰੋੜ ਰੁਪਏ ਦਾ ਤੇ ਵਿੱਤੀ ਘਾਟਾ ਜਿਹੜਾ ਉਹ 26,801 ਕਰੋੜ ਰੁਪਏ ਦਾ। ਰਾਜਪਾਲ ਨੇ ਇੱਥੇ ਨਾਲ ਇਹ ਵੀ ਕਿਹਾ ਕਿ 10 ਸਾਲਾਂ ਦੌਰਾਨ ਰਾਜ ਦਾ ਕੁੱਲ ਕਰਜ਼ਾ, ਅੱਗੇ ਇਹਨਾਂ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਲਈ ਜਿਹੜਾ
15,632 ਕਰੋੜ ਰੁਪਏ ਉਧਾਰ ਲੈ ਗਏ ਸਨ, ਉਹ ਵੀ ਇੱਕ ਤਰ੍ਹਾਂ ਦਾ ਕਰਜ਼ਾ ਹੈ। ਨਾਲ ਫਿਰ CCL ਦਾ ਜਿਹੜਾ ਉਹ 31,000 ਕਰੋੜ ਰੁਪਏ ਦਾ ਰੌਲਾ ਪੈਂਦਾ, ਉਹ ਵੀ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਮੁੜ ਕੇ ਪਹਿਲਾਂ ਤੇ ਕਾਂਗਰਸੀ ਵੀ ਇਹਨੂੰ ਘਪਲਾ ਕਹਿੰਦੇ ਸਨ, ਬਾਅਦ ਦੇ ਵਿੱਚ ਹੁਣ ਇਹ ਵੀ ਮਿਆਦੀ ਕਰਜ਼ਾ ਕਹਿਣ ਲੱਗ ਪਏ ਆ। ਕਹਿੰਦੇ ਕਿ ਇਹ ਜਿਹੜਾ ਮਿਆਦੀ ਕਰਜ਼ਾ ਕਨਵਰਟ ਕੀਤਾ ਗਿਆ ਵਿੱਚ ਕਰਜ਼ੇ ਦੇ ਵਿੱਚ, ਇਹਨੂੰ ਅਸੀਂ ਕੇਂਦਰ ਦੇ ਕੋਲ ਦੁਬਾਰਾ ਉਠਾਵਾਂਗੇ। ਇਹ ਕੁਛ ਨੁਕਤੇ ਆ ਜਿਹੜੇ ਉਹ ਰਾਜਪਾਲ ਦੇ ਭਾਸ਼ਣ ਦੇ ਮੁੱਖ ਆ, ਪ੍ਰਮੁੱਖ ਕਹਿ ਸਕਦੇ ਮੁੱਖ ਕਹਿ ਸਕਦੇ ਆ। ਪਰ ਇੱਕ ਚੀਜ਼ ਜਿਹੜੀ ਆ ਉਹ ਇੱਥੇ ਸਪਸ਼ਟ ਹੋ ਜਾਵੇ, ਕਿਉਂਕਿ ਸਾਡੇ ਕੋਲ ਇੱਕ ਹੋਰ ਉਦਾਹਰਣ ਹੈ ਜਿਹੜੀ ਮੈਂ ਤੁਹਾਨੂੰ ਬਾਅਦ ਚ ਦੱਸਦਾ, ਕਿ ਇਹ ਜਿਹੜੇ ਭਾਸ਼ਣ ਰਾਜਪਾਲ ਪੜ੍ਹਦੇ ਆ ਇਹ ਭਾਸ਼ਣ ਕੋਈ ਆਪਦੇ ਨਹੀਂ ਹੁੰਦੇ ਇਹਨਾਂ ਦੇ। ਬਹੁਤ ਸਾਰੇ ਲੋਕ ਅੱਜ ਮੈਂ ਦੇਖਦਾ ਪਿਆ ਸਾਂ ਸੋਸ਼ਲ ਮੀਡੀਆ ਤੇ ਸਵਾਲ ਕਰਦੇ ਸੀ ਕਿ ਰਾਜਪਾਲ ਨੂੰ ਪਹਿਲਾਂ ਨਹੀਂ ਦੱਸਿਆ ਕਿ ਪੰਜਾਬ ਦੇ ਰਾਜ ਦਾ ਆਹ ਹਾਲ ਆ, ਪੰਜਾਬ ਦਾ ਰਾਜ ਜਿਹੜਾ ਉਹ ਕਿੱਧਰ ਨੂੰ ਚੱਲਦਾ ਪਿਆ, ਇਹ ਪੰਜਾਬ ਦਾ ਰਾਜ ਕਿਵੇਂ ਰਾਜ ਨੂੰ ਵੱਢ ਕੇ ਖਾ ਰਿਹਾ, ਇਹ ਰਾਜਪਾਲ ਪਹਿਲਾਂ ਕਿਉਂ ਨਹੀਂ ਬੋਲਿਆ। ਰਾਜਪਾਲ ਦਾ ਕੰਮ ਇਹ ਨਹੀਂ ਹੈ, ਰਾਜਪਾਲ ਇਹਨਾਂ ਕੰਮਾਂ ਚ ਦਖਲ ਅੰਦਾਜ਼ੀ ਨਹੀਂ ਕਰਦਾ। ਤੁਹਾਨੂੰ ਯਾਦ ਹੋਣਾ ਸਾਡਾ ਪਹਿਲਾ ਗਵਰਨਰ ਹੁੰਦਾ ਸੀ ਕਪਤਾਨ ਸਿੰਘ ਸੋਲੰਕੀ ਜੀ। ਕਪਤਾਨ ਸਿੰਘ ਸੋਲੰਕੀ ਜਦੋਂ ਇੱਥੇ ਕਪਤਾਨੀ ਕਰ ਰਿਹਾ ਹੁੰਦਾ ਸੀ, ਕਹਿੰਦਾ ਹੁੰਦਾ ਸੀਗਾ ਕਿ ਸਾਡੇ ਕੋਲ ਪਾਣੀ ਦੀ ਇੱਕ ਵੀ ਬੂੰਦ ਨਹੀਂ, ਅਸੀਂ ਕਿਸੇ ਨੂੰ ਪਾਣੀ ਦੀ ਟਿੱਪ ਨਹੀਂ ਦੇ ਸਕਦੇ। ਤੇ ਜਦੋਂ ਥੋੜੀਆਂ ਫਰਲਾਂਗਾਂ ਪਰੇ ਜਾ ਕੇ ਹਰਿਆਣੇ ਦੀ ਅਸੈਂਬਲੀ ਚ ਸੰਬੋਧਨ ਕਰਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਪਾਣੀ ਹਰਿਆਣੇ ਦਾ ਹੱਕ ਆ ਤੇ ਅਸੀਂ ਇਹ ਹੱਕ ਲੈ ਕੇ ਰਹਾਂਗੇ। ਉਹਦੀ ਮਜਬੂਰੀ ਇਹ ਸੀ ਕਿ ਉਧਰ ਵੀ ਰਾਜਪਾਲ ਸੀਗਾ, ਉਹਨਾਂ ਦਾ ਵੀ ਰਾਜਪਾਲ ਸੀ, ਸਾਡਾ ਵੀ ਰਾਜਪਾਲ ਸੀਗਾ। ਸਾਡੇ ਇੱਥੇ ਆ ਕੇ ਸਾਡੇ ਸਰਕਾਰ ਦੀ ਉਹ ਮੁਹਾਰਨੀ ਪੜ ਜਾਂਦਾ ਸੀ, ਉੱਥੇ ਜਾ ਕੇ ਉਹਨਾਂ ਦੀ ਮੁਹਾਰਨੀ ਪੜ ਜਾਂਦਾ ਸੀ। ਸੋ ਇਹ ਮੁਹਾਰਨੀ ਹੈ ਜਿਹੜੀ ਉਹ ਰਾਸ਼ਟਰਪਤੀ ਕਹਿਣ ਲੱਗਾ ਸਰ, ਰਾਜਪਾਲ ਨੇ ਅੱਜ ਇੱਥੇ ਪੜ੍ਹੀ ਹੈ ਕੈਪਟਨ ਸਰਕਾਰ ਦੀ। ਪਰ ਕੈਪਟਨ ਸਰਕਾਰ ਦੀ ਜਿਹੜੀ ਇਹ ਮੁਹਾਰਨੀ ਹੈ ਵਿੱਚ ਇੱਕ ਹੋਰ ਉਹਨਾਂ ਨੇ ਮਹੱਤਵਪੂਰਨ ਗੱਲ ਕੀਤੀ ਕਿ ਅਸੀਂ ਵੀ ਕੰਜੂਸੀ ਨਾਲ ਚੱਲਾਂਗੇ, ਹੱਥ ਘੁੱਟ ਕੇ ਚੱਲਾਂਗੇ, ਹੱਥ ਨੱਪ ਕੇ ਚੱਲਾਂਗੇ। ਪਰ ਇਸ ਗੱਲ ਤੇ ਇਤਬਾਰ ਕਰਨਾ ਔਖਾ, ਕਿਉਂਕਿ ਉਹ ਤੇ ਹੁਣ ਨਾਲ ਇਹ ਵੀ ਕਹਿ ਗਿਆ CPS ਜਿਹੜੇ ਮੁੱਖ ਸੰਸਦੀ ਸਕੱਤਰ ਆ ਉਹਨਾਂ ਬਾਰੇ ਬਿੱਲ ਵੀ ਲੈ ਕੇ ਆ ਰਹੇ ਹਾਂ ਅਗਲੇ ਇਜਲਾਸ ਦੇ ਵਿੱਚ। ਤੇ ਨਾਲ ਇਹ ਵੀ ਸਾਨੂੰ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਦਗੀ ਦਾ ਨਾਰਾ ਦੇ ਕੇ ਮੁੜ ਕੇ ਕਿਵੇਂ ਉਹ ਰਾਜਸੀ ਸਲਾਹਕਾਰ ਵੀ ਰੱਖ ਲਏ, ਨਾਲ ਪਤਾ ਨੀ ਹੋਰ ਵੀ OSD ਪਤਾ ਨੀ ਕੀ ਕੁਛ ਰੱਖ ਲਿਆ, ਕਿ ਜੇ ਹੱਥ ਘੁੱਟ ਕੇ ਚੱਲਣ ਵਾਲੀ ਗੱਲ ਸੀ ਤੇ ਫਿਰ ਇਹ ਹੱਥ ਇੰਨੀਆਂ ਥੋੜੀਆਂ ਜਿਹੀਆਂ ਲਾਂਘਾਂ ਪੁੱਟ ਕੇ ਖੁੱਲ ਕਿਉਂ ਗਿਆ। ਇਹਦਾ ਸਾਰੇ ਹੀ ਸਵਾਲ ਦਾ ਜਵਾਬ ਮੰਗਦੇ ਆ ਕਿ ਇੰਨੀ ਜਲਦੀ ਹੱਥ ਘੁੱਟਿਆ ਜਿਹੜਾ ਉਹ ਖੁੱਲ ਵੀ ਗਿਆ। ਜੀ 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 ਬਿਲਕੁਲ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਜਿਹੜੇ RMP ਡਾਕਟਰਾਂ ਤੇ ਰੋਕ ਲਾਉਣ ਦੇ ਹਾਈ ਕੋਰਟ ਦੇ ਹੁਕਮ ਬਣੇ ਸਰਕਾਰ ਦੇ ਗਲੇ ਦੀ ਹੱਡੀ। ਇਹ ਤਾਂ ਵੈਸੇ ਡਾਕਟਰਾਂ ਨੂੰ ਟੀਕਾ ਲੱਗਿਆ, ਹਾਈ ਕੋਰਟ ਨੇ ਟੀਕਾ ਲਾਤਾ ਡਾਕਟਰਾਂ ਨੂੰ ਜੀ। ਡਾਕਟਰਾਂ ਦੇ ਨਾਲ ਤੇ ਬੁਰੀ ਹੋਏਗੀ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਨੇ ਐਤਕੀ ਸਖਤੀ ਦਿਖਾਈ ਆ। ਸਖਤੀ ਇਸ ਕਦਰ ਦੀ ਆ, ਉਹਦਾ ਆਲਮ ਇਹ ਆ ਕਿ ਇਹਨਾਂ ਨੇ ਕਿਹਾ ਕਿ ਕਿਸੇ ਵੀ ਸੂਰਤ ਦੇ ਵਿੱਚ RMP ਡਾਕਟਰ ਹੈ ਜਿਹੜੇ ਉਹਨਾਂ ਦੇ ਕੰਮਾਂ ਤੇ ਰੋਕ ਲਾਈ ਜਾਵੇ ਤੇ ਫੜ ਕੇ ਉਹਨਾਂ ਤੇ FIR ਦਰਜ ਕਰ ਦਿਓ। ਜੇ ਮਤਲਬ ਕਿ ਇਹ ਆਪਦਾ ਕੰਮ ਬੰਦ ਨਹੀਂ ਕਰਦੇ, ਫੜ ਕੇ FIR ਕਰਕੇ ਦਰਜ, 3 ਦਿਨਾਂ ਦੇ ਵਿੱਚ ਰਿਪੋਰਟ ਕਰੋ। ਇਹ ਬਹੁਤ ਸਖਤ ਹੁਕਮ ਆ। ਵੈਸੇ ਅੱਗੇ ਵੀ ਅਦਾਲਤੀ ਹੁਕਮ ਹੈ ਜਿਹੜੇ RMP ਡਾਕਟਰਾਂ ਦੇ ਵਿਰੁੱਧ ਹੋਏ ਆ, ਅਦਾਲਤਾਂ ਦੇ ਵਿੱਚ ਚੈਲੰਜ ਵੀ ਹੋਏ ਆ, ਬਹੁਤ ਵਾਰੀ ਫਿਰ ਉਹ ਹੁਕਮ ਹੈ ਜਿਹੜੇ ਹਵਾ ਦੇ ਵਿੱਚ ਵੀ ਲਟਕੇ ਰਹਿ ਗਏ। ਪਰ RMP ਡਾਕਟਰਾਂ ਲਈ ਐਤਕੀ ਖਤਰੇ ਦੀ ਕੁਕੀ ਜ਼ਿਆਦਾ ਸਖਤੀ ਨਾਲ ਬੋਲਦੀ ਪਈ ਹੈ। ਹੁਣ ਦੇਖੋ ਪੰਜਾਬ ਦੇ ਵਿੱਚ ਮਸਲਾ ਕਿੱਥੇ ਉਲਝੇਗਾ? ਮਸਲਾ ਇੱਥੇ ਉਲਝੇਗਾ ਕਿ ਇਹਨਾਂ ਦੀ ਤਾਦਾਦ ਹੈ 2.25 ਲੱਖ ਜਿਹੜੇ RMP ਡਾਕਟਰ ਹੈ। RMP ਡਾਕਟਰ ਜਿਹਨਾਂ ਨੂੰ ਅਸੀਂ ਪਿੰਡ ਵਾਲੇ ਡਾਕਟਰ ਕਹਿ ਦਿੰਦੇ ਹਾਂ ਪੰਜਾਬੀ ਭਾਸ਼ਾ 'ਚ, ਉਹ ਡਾਕਟਰ ਆ। ਸੋ ਉਹਨਾਂ ਲਈ ਹੁਣ ਇਹ ਜਿਹੜੀ ਤਾਦਾਦ ਆ ਉਹ ਇੱਕ ਕਹਿ ਸਕਦੇ ਹਾਂ ਕਿ ਲਾਈਫ ਲਾਈਨ ਬਣ ਸਕਦੀ ਹੈ। ਉਹ ਇਸ ਕਰਕੇ ਰਾਜਕਰਨਵੀਰ ਸਿੰਘ ਜੀ, ਜੇ 2.25 ਲੱਖ ਆ, 2 ਲੱਖ ਮੰਨ ਕੇ ਚੱਲੋ, 2.25 ਲੱਖ, 1.5 ਲੱਖ ਮੰਨ ਕੇ ਚੱਲੋ, ਤਾਂ ਉਹਨਾਂ ਨੂੰ 5 ਨਾਲ ਜੇ ਤੁਸੀਂ ਗੁਣਾ ਕਰ ਲਓ, ਕਿਉਂਕਿ ਇੱਥੇ ਸਾਰੀ ਗੱਲ ਆ ਕੇ ਵੋਟ ਤੇ ਰੁਕ ਜਾਂਦੀ ਹੈ। ਜੇ ਉਹਨਾਂ ਨੂੰ ਇਸ ਤਰ੍ਹਾਂ 5 ਨਾਲ ਗੁਣਾ ਕਰ ਲਓ 2 ਲੱਖ ਨੂੰ, ਤੇ ਉਹ ਚਲੇ ਜਾਣਗੇ 10 ਲੱਖ ਤੇ। ਸੋ ਇਸ ਤਰ੍ਹਾਂ ਆਪਾਂ ਜੇ ਵੋਟਾਂ ਦੀ ਗਿਣਤੀ ਮਿਣਤੀ ਕਰਕੇ ਤੇ ਫਿਰ ਸਰਕਾਰ ਲਈ ਇਹ ਗਲੇ ਦਾ ਫਾਹ ਬਣ ਜਾਣਾ। ਸਰਕਾਰ ਜੇ ਸਖਤੀ ਕਰੂਗੀ ਤਾਂ ਇਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਵਿਰੋਧ ਚੱਲਣਾ ਪੈਣਾ, ਕਿਉਂਕਿ RMP ਡਾਕਟਰਾਂ ਦੀਆਂ ਯੂਨੀਅਨਾਂ ਬਣੀਆਂ, RMP ਡਾਕਟਰ ਬਹੁਤ ਵੱਡੀ ਏਕਤਾ ਰੱਖਦੇ ਆ। ਆਉਣ ਵਾਲੇ ਦਿਨਾਂ ਚ ਸਰਕਾਰ ਦੇ ਸਾਹਮਣੇ ਉਲਟਾ ਕੇ ਖੜਨਗੇ ਕਿ ਅਸੀਂ ਇੰਨੇ ਇੰਨੇ ਸਮੇਂ ਤੋਂ ਕੰਮ ਕਰਦੇ ਪਏ ਹਾਂ, ਤੁਸੀਂ ਸਾਡਾ ਰੁਜ਼ਗਾਰ ਖੋ ਰਹੇ ਹੋ, ਅਸੀਂ ਕਿੱਧਰ ਜਾਈਏ। ਸੋ ਇਹ ਮਸਲਾ ਜਿਹੜਾ ਪੰਜਾਬ ਸਰਕਾਰ ਲਈ ਥੋੜਾ ਜਿਹਾ ਔਖਾ ਹੈ, ਇਹਨੂੰ ਅਮਲ ਚ ਲਿਆਉਣਾ ਕਾਂਗਰਸ ਸਰਕਾਰ ਲਈ ਤੇ ਬਹੁਤ ਵੱਡੀ ਚੁਣੌਤੀ ਹੈ। ਦੂਜੀ ਗੱਲ ਇਹ ਹੈ ਰਾਜਕਰਨਵੀਰ ਸਿੰਘ ਜੀ, ਮਸਲਾ ਇਹ ਨਹੀਂ ਹੈ
ਕਿ RMP ਡਾਕਟਰ ਜਾਇਜ਼ ਜਾਂ ਨਜਾਇਜ਼ ਆ, ਇਹ ਬੰਦ ਹੋਣ ਜਾਂ ਚੱਲੀ ਜਾਣ। ਮਸਲਾ ਇਹ ਹੈ ਕਿ ਜੇਕਰ ਇਹ ਹੁਕਮ ਲਾਗੂ ਹੋ ਜਾਂਦੇ, ਇਨ ਪਿੰਨ ਲਾਗੂ ਹੋ ਜਾਂਦੇ ਆ, ਤਾਂ ਫਿਰ ਬਹੁਤ ਸਾਰੀਆਂ ਸਮੱਸਿਆਵਾਂ ਪੇਂਡੂ ਲੋਕਾਂ ਲਈ ਖੜੀਆਂ ਹੋਣਗੀਆਂ। ਉਹ ਕਿਵੇਂ? ਦੇਖੋ, ਰਾਤ ਬਰਾਤੇ ਕਿਸੇ ਦਾ ਕੋਈ ਢਿੱਡ ਪੀੜ ਹੁੰਦਾ ਜਾਂ ਸਿਰ ਪੀੜ ਹੁੰਦਾ ਜਾਂ ਕਿਸੇ ਦਾ ਬੱਚਾ ਬਿਮਾਰ ਹੁੰਦਾ, ਤੇ ਉਹ ਭੱਜ ਕੇ ਪਿੰਡ ਵਾਲੇ ਡਾਕਟਰ ਨੂੰ ਆਵਾਜ਼ ਮਾਰ ਲੈਂਦਾ। ਅਗਲਾ ਉਸੇ ਵੇਲੇ ਤੱਤ ਫੱਟ ਉੱਠ ਕੇ ਘਰੇ ਪਹੁੰਚਦਾ, ਦਵਾਈ ਦੱਪਾ ਦਿੰਦਾ ਤੇ ਰਾਤ ਲੰਘ ਜਾਂਦੀ ਹੈ। ਕਿਉਂਕਿ ਕਈ ਪਿੰਡ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਲਾਗੇ ਸ਼ਹਿਰ ਨਹੀਂ ਹੁੰਦਾ, ਤੇ ਕਈ ਘਰ ਇਹੋ ਜਿਹੇ ਆ ਜਿਨ੍ਹਾਂ ਦੇ ਕੋਲ ਸ਼ਹਿਰ ਪਹੁੰਚਣ ਲਈ ਕੋਈ ਸਵਾਰੀ ਨਹੀਂ ਹੁੰਦੀ। ਉਹ ਇਸ ਤਰ੍ਹਾਂ ਦਾ ਡੰਗ ਟਪਾ ਲੈਂਦੇ, ਅਗਲੇ ਦਿਨ ਜੇ ਬਹੁਤਾ ਕੰਮ ਹੋਵੇ ਤੇ ਸ਼ਹਿਰ ਚਲੇ ਜਾਂਦੇ ਆ, ਜੇ ਉੱਥੇ ਉਹਨਾਂ ਦੇ ਰਾਸ ਆ ਜਾਵੇ ਦਵਾਈ ਤੇ ਉੱਥੇ ਕੰਮ ਚੱਲ ਜਾਂਦਾ। ਦੂਜੀ ਗੱਲ ਇਹ ਆ ਕਿ ਕਈ ਵਾਰੀ ਬਹੁਤ ਵੱਡੇ ਹਾਦਸੇ ਵਾਪਰ ਜਾਂਦੇ ਪਿੰਡਾਂ 'ਚ, ਜਿੱਦਾਂ ਕੋਈ ਜ਼ਹਿਰੀਲੀ ਦਵਾਈ ਪੀ ਗਿਆ ਜਾਂ ਕੋਈ 60 ਫੀਟ ਜ਼ਿਆਦਾ ਲੱਗ ਗਈ। ਤਾਂ ਜਿਹੜੇ ਪੇਂਡੂ ਡਾਕਟਰ ਹੈ ਬਹੁਤਾ ਕੁਛ ਨਹੀਂ ਕਰ ਸਕਦੇ, ਪਰ ਮੁੱਢਲੀ ਸਹਾਇਤਾ ਦੇ ਦਿੰਦੇ ਆ ਜਿਹਦੇ ਨਾਲ ਢੋਈ ਬਣ ਜਾਂਦੀ ਆ। ਉਹ ਇੱਕ ਬਹੁਤ ਵੱਡੀ ਚੁਣੌਤੀ ਰਹਿ ਗਈ ਕਿ ਜੇਕਰ ਇਹ ਹੁਕਮ ਲਾਗੂ ਹੋ ਜਾਂਦਾ, RMP ਧੰਦਾ ਜਿਹੜਾ ਡਾਕਟਰਾਂ ਦਾ ਉਹ ਚੌਪਟ ਹੋ ਜਾਂਦਾ ਪੂਰੀ ਤਰ੍ਹਾਂ, ਤਾਂ ਉਸ ਸੂਰਤ ਦੇ ਵਿੱਚ ਪੇਂਡੂ ਲੋਕਾਂ ਲਈ ਬਦਲ ਕੀ ਹੋਏਗਾ? ਬਦਲ ਕੀ ਹੋਏਗਾ? ਇਹ ਸਿਹਤ ਸੇਵਾਵਾਂ ਕਿਸ ਤਰ੍ਹਾਂ ਦੀਆਂ ਦੇਣਗੀਆਂ? ਇਹਨਾਂ ਦੀਆਂ ਜਿਹੜੀਆਂ ਡਿਸਪੈਂਸਰੀਆਂ, ਉਹ ਵੈਸੇ ਉਹਨਾਂ ਦੇ ਵਿੱਚ ਕਿਸੇ ਦਵਾਈ ਹੈ ਨਹੀਂ ਤੇ ਕਿਤੇ ਦਵਾਈ ਦੇਣ ਵਾਲਾ ਹੀ ਹੈ ਨਹੀਂ। ਜੇ ਉਹ ਡਿਸਪੈਂਸਰੀਆਂ ਹੈ ਵੀ ਨੇ ਕਿ ਦਵਾਈ ਵੀ ਹੈ ਦਵਾਈ ਦੇਣ ਵਾਲੇ ਵੀ ਆ, ਉਹ 2 ਵਜੇ ਤਾਲਾ ਲਮਕਦਾ ਹੁੰਦਾ ਤੇ ਉਹ ਜਿਹੜੇ ਤਾਲਾ ਲਾ ਕੇ ਗਏ ਹੁੰਦੇ ਆ ਉਹ ਆਪਦੇ ਘਰਾਂ ਚ ਬੈਠੇ ਜਾ ਕੇ ਆਰਾਮ ਕਰ ਰਹੇ ਹੁੰਦੇ ਆ। ਸੋ ਉਸ ਤੋਂ ਬਾਅਦ ਕੋਈ ਪੁੱਛਣ ਵਾਲਾ ਹੀ ਨਹੀਂ ਗਾ ਕਿ ਪਿੱਛੇ ਪਿੰਡ ਦੇ ਵਿੱਚ ਕੀ ਹੁੰਦਾ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਰਹਿ ਗਈ ਕਿ ਇਹਨਾਂ ਮਾਮਲਿਆਂ ਦੇ ਵਿੱਚ ਇਹ ਧਿਆਨ ਦੇਣ ਦੀ ਜ਼ਰੂਰਤ ਰਹੇਗੀ ਕਿ ਇਹਨਾਂ ਪੇਂਡੂ ਇਲਾਕਿਆਂ ਦੇ ਵਿੱਚ ਸਿਹਤ ਸੇਵਾਵਾਂ ਦਾ ਬਦਲ ਕੀ ਲੱਭਿਆ ਜਾਵੇ। ਦੂਜੀ ਗੱਲ ਇਹ ਆ ਕਿ ਠੀਕ ਆ, ਕੁਝ RMP ਡਾਕਟਰ ਇਹੋ ਜਿਹੇ ਵੀ ਹੈ ਕਿ ਉਹ ਜਦੋਂ ਟੀਕਾ ਲਾਉਂਦੇ ਤੇ ਅਗਲਾ ਕਹਿੰਦਾ ਕਿ ਡਾਕਟਰ ਸਾਹਿਬ ਬੜਾ ਟੀਕਾ ਤੁਸੀਂ ਜਚਾ ਕੇ ਲਾਇਆ, ਪੀੜ ਹੀ ਨਹੀਂ ਹੋਈ, ਪਤਾ ਹੀ ਨਹੀਂ ਲੱਗਿਆ। ਉਹ ਜਦੋਂ ਫਿਰ ਪੈਸੇ ਦੇਣ ਲੱਗਦੇ ਆ, ਬਟੂਆ ਕੱਢ ਕੇ ਤਾਂ ਪਤਾ ਲੱਗਦਾ ਕਿ ਟੀਕਾ ਤੇ ਬਟੂਏ ਚ ਫੋਕਦਾ। ਇਸ ਤਰ੍ਹਾਂ ਦੇ ਵੀ ਹੈਗੇ, ਪਰ ਕਈ ਡਾਕਟਰ ਜਿਹੜੇ ਬਹੁਤ ਤਜਰਬੇਕਾਰ ਆ, ਬਹੁਤ ਤਜਰਬੇਕਾਰ ਆ, ਇੰਨਾ ਤਜਰਬਾ 20-25 ਸਾਲ ਤੋਂ ਕੰਮ ਕਰਦੇ ਤੇ ਸਾਡੇ ਜਿਹੜੇ ਬਜ਼ੁਰਗ ਘਰਾਂ ਦੇ, ਉਹ ਕਹਿੰਦੇ ਕਿ ਨਹੀਂ ਫਲਾਣੇ ਹਸਪਤਾਲ ਜਾਂ ਫਲਾਣੇ ਵੱਡੇ ਡਾਕਟਰ ਕੋਲ ਨਹੀਂ ਜਾਣਾ, ਉਹਦੇ ਕੋਲ ਜਾਓ, ਉਹਦੇ ਕੋਲ ਆਰਾਮ ਆਉਂਦਾ, ਕਿਉਂਕਿ ਉਹਨਾਂ ਦਾ ਤਜਰਬਾ ਕੰਮ ਕਰਦਾ। ਤੀਜੀ ਗੱਲ ਇਹ ਆ ਕਿ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਜੁੜਿਆ। ਸੋ ਸਮੱਸਿਆ ਇੱਥੇ ਇੱਕ ਬਹੁਤ ਵੱਡੀ ਹੈ ਕਿ ਸਰਕਾਰ ਹੈ ਜਿਹੜੀ, ਉਹ ਵੀ ਵੱਜਵੇਂ ਹੱਥ ਨਾਲ ਕੰਮ ਕਰੇਗੀ ਇਸ ਹੁਕਮ ਨੂੰ ਲਾਗੂ ਕਰਨ ਦੇ ਵਿੱਚ। ਦੂਸਰਾ ਹੈ ਕਿ ਜੇ ਲਾਗੂ ਹੋ ਜਾਂਦਾ ਕਾਨੂੰਨੀ ਸਖ਼ਤੀ ਦੇ ਡੰਡੇ ਨਾਲ, ਤਾਂ ਫਿਰ ਇਹ ਹੈ ਕਿ ਜੋ ਪੇਂਡੂ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਸੇਵਾ ਮਿਲ ਰਹੀ ਹੈ ਐਮਰਜੈਂਸੀ ਰਾਤ ਬਰਾਤੇ, ਉਹਦਾ ਬਦਲ ਕੀ ਲੱਭਿਆ ਜਾਏਗਾ? ਇਹ ਸਭ ਤੋਂ ਵੱਡਾ ਸਵਾਲ ਰਹੇਗਾ। ਜੀ ਜੀ, ਤੇ ਮਿੰਟੂ ਜੀ ਅਗਲੀ ਗੱਲ ਕਰੀਏ। ਮਨਜੀਤ ਸਿੰਘ ਜੀਕੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਮਨਜੀਤ ਸਿੰਘ ਜੀਕੇ ਦਾ ਅਸਤੀਫਾ ਜਿਹੜਾ, ਉਹ ਕਹਿੰਦੇ ਹੁੰਦੇ ਨਾ ਪੰਜਾਬੀ ਦਾ ਮੁਹਾਵਰਾ ਕਿ ਗਾਉਂ ਪਨਾਵੇ ਚੋਂ, ਮਤਲਬ ਕਿ ਗਰਜ਼ ਆ ਨਾ, ਜਿਹੜੀ ਗਰਜ਼ ਆ ਉਹ ਸਭ ਕੁਛ ਕਰਾਉਂਦੀ ਆ। ਵੈਸੇ ਮਨਜੀਤ ਸਿੰਘ ਜੀਕੇ ਨੇ ਆਪਣੇ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਅਸਲ ਦੇ ਵਿੱਚ ਇਹ ਹੈ ਕਿ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਹੋਈ ਹੈ, ਉਹਦੇ ਚ ਇਹਨੂੰ ਜਿਹੜਾ ਹਾਊਸ ਚੁਣਿਆ ਗਿਆ ਸੀਗਾ, ਹਾਊਸ ਦੇ ਵਿੱਚ ਇਹਨੂੰ ਪ੍ਰੋਟੇਮ ਚੇਅਰਮੈਨ ਬਣਾਇਆ ਗਿਆ ਸੀ, ਉਹ ਚੇਅਰਮੈਨ ਦੇ ਅਹੁਦੇ ਤੋਂ ਇਹਨੇ ਅਸਤੀਫਾ ਦਿੱਤਾ। ਅਸਤੀਫਾ ਦੇਣ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਆ, ਇੱਕ ਨਹੀਂ ਕਹਾਂਗਾ ਕਿ ਦੋ ਬਹੁਤ ਵੱਡੇ ਕਾਰਨ ਆ। ਇੱਕ ਤੇ ਕਿ ਮਸਲਾ ਜਿਹੜਾ ਇਹ ਅਦਾਲਤ ਦੇ ਵਿੱਚ ਲਟਕ ਗਿਆ, ਦੋ ਪਟੀਸ਼ਨਾਂ ਚਲੇ ਗਈਆਂ ਉੱਥੇ ਅਦਾਲਤ ਦੇ ਵਿੱਚ, ਉਹਨਾਂ ਪਟੀਸ਼ਨਾਂ ਤੇ ਨੋਟਿਸ ਹੋਏ ਪਏ ਆ। ਇੱਕ ਪਟੀਸ਼ਨ ਤਰਵਿੰਦਰ ਸਿੰਘ ਮਰਵਾਹਾ ਨੇ ਪਾਈ ਆ, ਦੂਸਰੀ ਪਟੀਸ਼ਨ ਹੈ ਜਿਹੜੀ ਉਹ ਕੋਚਰ ਸਾਹਿਬ ਨੇ ਪਾਈ ਆ। ਜਿਹੜੇ ਮਰਵਾਹਾ ਸਾਹਿਬ ਆ, ਉਹਨਾਂ ਨੇ ਜਿਹੜੀ ਐਮੈਂਡਮੈਂਟ ਹੋਈ ਸੀਗੀ 2007-2010 ਦੀ, ਉਹਨੂੰ ਚੈਲੰਜ ਕੀਤਾ, ਜਿਹਦੇ ਚ ਇਹ ਕਿਹਾ ਗਿਆ ਸੀਗਾ ਕਿ ਜਿਸ ਕਿਸੇ ਨੇ ਵੀ ਰਾਖਵਾਂ ਚੋਣ ਨਿਸ਼ਾਨ ਲੈਣਾ, ਉਹ ਸੰਗਠਨ ਉਹ ਦਲ ਹੈ ਜਿਹੜਾ ਘੱਟੋ ਘੱਟ 1 ਸਾਲ ਪਹਿਲਾਂ ਸਿੰਘ ਸਭਾ ਸੁਸਾਇਟੀਆਂ ਜਿਹੜੀਆਂ ਉਹਨਾਂ ਦੇ ਕੋਲ ਰਜਿਸਟਰਡ ਹੋਵੇ, ਕਿ ਜੋ ਗੁਰਦੁਆਰਾ ਚੋਣ ਕਮਿਸ਼ਨ ਹੈ ਉਹਦੇ ਕੋਲੋਂ ਰੈਕੋਗਨਾਈਜ਼ ਹੋਵੇ। ਸੋ ਦੂਜਾ ਜਿਹੜਾ ਕਰਤਾਰ ਸਿੰਘ ਕੁਸ਼ੜ ਹੈ, ਜਿਹੜੀ ਉਹਦੀ ਪਟੀਸ਼ਨ ਹੈ, ਉਹਦੇ ਚ ਇਹ ਹਵਾਲਾ ਦਿੱਤਾ ਗਿਆ ਕਿ ਇਹ ਜਿਹੜੇ ਇਹਨਾਂ ਨੇ ਐਤਕੀ ਚੋਣ ਨਿਸ਼ਾਨ ਲਏ ਸਨ, ਜਿੱਦਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੇਰੇ ਖਿਆਲ ਦੇ ਨਾਲ ਬਾਲਟੀ ਸੀ ਚੋਣ ਨਿਸ਼ਾਨ, ਤੇ ਦੂਜੇ ਪਾਸੇ ਸਰਨਾ ਦਲ ਦੀ ਉਹ ਸੀਗੀ ਸਰਨਾ ਪਾਰਟੀ ਦੀ ਕਾਰ, ਉਹਨਾਂ ਦੀ ਕਾਰ ਤੇ ਵੈਸੇ ਪਿੱਛੇ ਰਹਿ ਗਈ ਪੰਚਰ ਹੋ ਕੇ। ਸੋ ਇਹ ਜਿਹੜੇ ਉਹ ਕਹਿੰਦੇ ਕਿ ਜਿਹੜੇ ਇਹ ਚੋਣ ਨਿਸ਼ਾਨ ਰਾਖਵੇਂ ਲਏ ਗਏ, ਇਹ ਦੋਵੇਂ ਹੀ ਸਿਆਸੀ ਸੰਗਠਨ ਹੈ ਜਿਹੜੇ, ਉਹ 1 ਸਾਲ ਤੋਂ ਪਹਿਲਾਂ ਜਿਹੜੀ ਸ਼ਰਤ ਰੱਖੀ ਗਈ ਸੀ ਉਸ ਅਮੈਂਡਮੈਂਟ ਦੇ ਮੁਤਾਬਕ, ਇਹ ਦੋਵੇਂ ਹੀ ਸਿਆਸੀ ਦਲ ਜਿਹੜੇ ਉਹ ਰਜਿਸਟਰਡ ਨਹੀਂ ਸਨ। ਸੋ ਇੱਥੇ ਆ ਕੇ ਪੇਚ ਫਸਦਾ। ਹੁਣ ਦੋ ਵੱਖੋ ਵੱਖਰੀਆਂ ਪਟੀਸ਼ਨਾਂ, ਇਹ ਵੈਸੇ ਪਟੀਸ਼ਨਾਂ ਕਈ ਵਾਰੀ
ਪਿੱਟ ਵੀ ਜਾਂਦੀਆਂ, ਬਹੁਤ ਲੰਮਾ ਸਮਾਂ ਲੈ ਜਾਂਦੀਆਂ, ਉਦੋਂ ਤੱਕ ਟਰਮ ਪੂਰੀ ਹੋ ਜਾਂਦੀ ਹੈ। ਸਿੱਧੂ ਸਾਹਿਬ ਦੀ ਉਦਾਹਰਨ ਆਪਣੇ ਕੋਲ ਆ, 14 ਤੱਕ ਉਹ ਆਪਦੀ ਟਰਮ ਪੂਰੀ ਕਰ ਗਿਆ ਤੇ 16 ਚ ਫੈਸਲਾ ਹੋਣ ਡਿਆ ਸੀ ਕਿ ਕੀ ਜੀ ਇਹਦੇ ਤੇ ਉਹ ਚੋਣ ਸੰਬੰਧੀ ਕੇਸ ਹੈ ਜਿਹੜਾ ਚਲਾਇਆ ਜਾਵੇ ਜਾਂ ਨਾ, ਇਸ ਤਰ੍ਹਾਂ ਦਾ ਵੀ ਮਾਹੌਲ ਹੋ ਜਾਂਦਾ। ਸੋ ਇੱਕ ਪਰ ਇਹਦਾ ਡਰ ਪੈ ਤੇ ਹੈ, ਮਨਜੀਤ ਸਿੰਘ ਜੀ ਕੇ ਦੇ ਜ਼ਹਿਨ ਦੇ ਵਿੱਚ ਗੱਲ ਚੱਲਦੀ ਪਈ ਸੀ। ਦੂਜੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਇਸ ਸਮੇਂ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਦੇ ਵਿਚਾਲੇ ਖਿੱਚਤਾਣ ਆ। ਇਹ ਖਿੱਚਤਾਣ ਹੁੰਦੀ ਨਹੀਂ, ਇਹ ਰਾਜਕਰਨਵੀਰ ਸਿੰਘ ਜੀ ਤੁਹਾਨੂੰ ਯਾਦ ਹੋਣਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀਓਂ ਪੰਜਾਬ ਬੁਲਾਇਆ ਗਿਆ ਸੀ ਜੀ, ਔਰ ਉਹਨੂੰ ਕੈਬਨਿਟ ਰੈਂਕ ਦਿੱਤਾ ਗਿਆ ਸੀਗਾ, ਨਾਲ ਦੋ ਪਾਇਲਟ ਗੱਡੀਆਂ ਵੀ ਦਿੱਤੀਆਂ ਗਈਆਂ ਸਨ, ਗਨਮੈਨ ਵੀ ਦਿੱਤੇ ਗਏ ਸਨ। ਉਹਦੇ ਪਿੱਛੇ ਇੱਕ ਰਾਜ ਸੀ, ਰਾਜ ਕੀ ਸੀਗਾ ਕਿ ਕਿਸੇ ਸਮੇਂ ਇਸ ਖਿੱਚ ਤੋਂ ਤੰਗ ਆ ਕੇ ਮਨਜੀਤ ਸਿੰਘ ਜੀ ਕੇ ਜਨਰਲ ਮੈਨੇਜਰ ਨੂੰ ਅਸਤੀਫਾ ਦੇ ਕੇ ਘਰ ਚਲੇ ਗਿਆ ਸੀ। ਹਾਲਾਂਕਿ ਉਹ ਗੱਲਾਂ ਜਿਹੜੀਆਂ ਆਫ ਦੀ ਰਿਕਾਰਡ ਆ, ਤਾਂ ਮਨਜੀਤ ਸਿੰਘ ਜੀ ਕੇ ਦਾ ਅਸਤੀਫਾ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਦੇ ਕੰਨਾਂ ਚ ਪਿਆ, ਉਹਨੇ ਫੌਰੀ ਤੌਰ ਤੇ ਇਹਨੂੰ ਟੈਲੀਫੋਨ ਕਰਕੇ ਪੁੱਛਿਆ। ਇਹਨੇ ਆਪਣੀ ਮਜਬੂਰੀ ਦੱਸੀ, ਪਰ ਸੁਖਬੀਰ ਸਿੰਘ ਬਾਦਲ ਨੇ ਹਵਾਲਾ ਦਿੱਤਾ ਕਿ ਅੱਗੇ ਕਾ ਪੰਜਾਬ ਦਾ ਇਲੈਕਸ਼ਨ ਵੀ ਲੜਨਾ, ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਇਲੈਕਸ਼ਨ ਲੜਨਾ, ਤੇ ਇਸ ਤਰ੍ਹਾਂ ਦਾ ਕਰ ਤੂੰ ਚੁੱਪ ਕਰਕੇ ਜਾ ਕੇ ਆਪਦੀ ਸੀਟ ਸੰਭਾਲ, ਮਨਜਿੰਦਰ ਸਿੰਘ ਸਿਰਸਾ ਨੂੰ ਮੈਂ ਸੰਭਾਲ ਲੈਣਾ। ਇਸ ਕਰਕੇ ਸਿਰਸੇ ਨੂੰ ਇੱਥੇ ਬੁਲਾਇਆ ਗਿਆ ਸੀ ਪੰਜਾਬ ਦੇ ਵਿੱਚ। ਵਿਚਲੀ ਗੱਲ ਇਹ ਸੀ, ਉਹ ਖਿੱਚਤਾਣ ਜਿਹੜੀ ਹੈ ਹਾਲੇ ਵੀ ਬਰਕਰਾਰ ਆ। ਹੁਣ ਇੱਥੇ ਕੀ ਪੇਜ ਫਸਦਾ ਸੀਗਾ, ਜਿਹੜਾ ਪ੍ਰੋਟਮ ਚੇਅਰਮੈਨ ਹੈ ਨਾ, ਉਹ ਕਾਇਦੇ ਦੇ ਮੁਤਾਬਕ ਜਿਹੜੀ ਪ੍ਰਧਾਨਗੀ ਹੈ ਇਸ ਹਾਊਸ ਦੀ, ਜਿਹੜੀ ਪ੍ਰਧਾਨਗੀ ਅੱਗੇ ਚੱਲ ਕੇ ਗੁਰਦੁਆਰਾ ਕਮੇਟੀ ਪ੍ਰਧਾਨ ਜਿਹੜੀ ਬਣਨੀ ਹੈ, ਉਹ ਚੋਣ ਨਹੀਂ ਲੜ ਸਕਦਾ। ਜਿਹੜਾ ਪ੍ਰੋਟਮ ਚੇਅਰਮੈਨ ਆ ਉਹ ਕਾਇਦੇ ਦੇ ਮੁਤਾਬਕ ਉਸ ਦੌੜ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਸੋ ਮਨਜੀਤ ਸਿੰਘ ਜੀ ਕੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਅੰਦਰ ਸਾਰਾ ਪੂਰਾ ਕਹਿ ਲਈਏ ਵਿਸ਼ਲੇਸ਼ਣ ਕਰਕੇ ਪੜਚੋਲ ਕੇ ਇਹ ਫੈਸਲਾ ਲਿਆ, ਕਿਉਂਕਿ ਜੇ ਇੱਧਰ ਪ੍ਰੋਟਮ ਚੇਅਰਮੈਨ ਦੀ ਕੁਰਸੀ ਦੇ ਨਾਲ ਮਨਜੀਤ ਸਿੰਘ ਜੀ ਕੇ ਚਿਪਕਿਆ ਰਹਿੰਦਾ, ਬੇਸ਼ੱਕ ਉਹ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ ਭਾਵੇਂ ਫੈਸਲਾ ਉਲਟ ਆ ਜਾਂਦਾ, ਉਹ ਵੀ ਛੱਡਣੀ ਪੈਂਦੀ, ਤਾਂ ਦੂਜੇ ਪਾਸੇ ਇਹ ਹੋਣਾ ਸੀ ਕਿ ਜਿਹੜਾ ਮਨਜਿੰਦਰ ਸਿੰਘ ਸਿਰਸਾ ਉਹਨੇ ਫਿਰ ਉਹ ਜਿਹੜਾ ਆਪਣਾ ਕੰਮ ਕਰਨਾ ਸੀ ਉਹਦੇ ਲਈ ਖਾਤਾ ਖੁੱਲਾ ਹੋ ਜਾਣਾ ਸੀ, ਖਾਤਾ ਸਾਫ਼ ਹੋ ਜਾਣਾ ਸੀ। ਇਸ ਕਰਕੇ ਮਨਜੀਤ ਸਿੰਘ ਜੀ ਕੇ ਨੇ ਅਸਤੀਫਾ ਦੇ ਕੇ ਇੱਕ ਨਵਾਂ ਪੈਂਤੜਾ ਖੇਡਿਆ। ਆਉਣ ਵਾਲੇ ਦਿਨਾਂ ਚ ਉੱਥੇ ਕੀ ਹੁੰਦਾ ਬਹੁਤ ਦਿਲਚਸਪ ਦ੍ਰਿਸ਼ ਰਹੇਗਾ, ਸਾਰਿਆਂ ਦੀਆਂ ਨਜ਼ਰਾਂ ਉੱਥੇ ਆ, ਕਿਉਂਕਿ ਹਾਊਸ ਦਾ ਉੱਥੇ ਹਾਲ ਦੀ ਘੜੀ ਕੋਈ ਵੀ ਭਵਿੱਖ ਨਜ਼ਰ ਨਹੀਂ ਆਉਂਦਾ ਜੀ। ਜੀ, ਅਤੇ ਅੱਗੇ ਮਿੰਟੂ ਜੀ ਗੱਲ ਕਰੀਏ ਵੀ ਨਿੱਜੀ ਸਕੂਲਾਂ ਦੀ ਲੁੱਟ ਜਾਰੀ ਆ, 500 ਵਾਲੀਆਂ ਕਿਤਾਬਾਂ 5,000 ਰੁਪਈਏ ਚ। ਮੇਰੇ ਖਿਆਲ ਦੇ ਨਾਲ ਕੈਪਟਨ ਸਾਹਿਬ ਨੂੰ ਸਾਰੇ ਕੰਮ ਛੱਡ ਦੇਣੇ ਚਾਹੀਦੇ ਸੀ ਤੇ ਸਭ ਤੋਂ ਪਹਿਲਾਂ ਹੱਲਾ ਇਸ ਲੁੱਟ ਦੇ ਖਿਲਾਫ ਬੋਲਣਾ ਚਾਹੀਦਾ ਸੀ। ਸਾਡੇ ਵਰਗੇ ਲਿਖ ਕੇ ਵੀ ਪਿੱਟੇ, ਬੋਲ ਕੇ ਵੀ ਪਿੱਟੇ, ਬਹੁਤ ਤਰ੍ਹਾਂ ਪਿੱਟੇ ਕਿ ਇੱਥੋਂ ਸ਼ੁਰੂਆਤ ਕਰੋ, ਕਿਉਂਕਿ ਜਿਸ ਦਿਨ ਇਹਨਾਂ ਨੇ ਸਹੁੰ ਚੁੱਕੀ ਉਸ ਦਿਨ ਸੀ 16 ਮਾਰਚ, ਠੀਕ ਉਸੇ ਦਿਨ ਨਿੱਜੀ ਸਕੂਲਾਂ ਚ ਦਾਖਲੇ ਖੁੱਲੇ ਸਨ, ਉਸੇ ਦਿਨ ਦਾਖਲੇ ਸ਼ੁਰੂ ਹੋਏ ਸੀਗੇ। ਔਰ ਦਾਖਲੇ ਸ਼ੁਰੂ ਹੁੰਦਿਆਂ ਸਾਰ ਅਸੀਂ ਇਹ ਸੋਚਿਆ ਸੀ ਪਹਿਲਾਂ ਕਿ ਐਤਕੀ ਸਰਕਾਰ ਬਦਲੇਗੀ ਤੇ ਸ਼ਾਇਦ ਸਕੂਲਾਂ ਦੀ ਜਿਹੜੀ ਇਹ ਲੁੱਟ ਆ ਰੁਕ ਜਾਵੇਗੀ, ਪਰ ਕੁਛ ਵੀ ਨਹੀਂ ਬਦਲਿਆ, ਕੁਛ ਵੀ ਨਹੀਂ। ਜਿਵੇਂ ਕਿਸੇ ਸ਼ਾਇਰ ਨੇ ਕਿਹਾ ਸੀ, ਕੱਖ ਵੀ ਨਹੀਂ ਬਦਲਿਆ ਸਰਦਾਰ ਭਗਤ ਸਿੰਘ ਸਰਦਾਰ ਤੇਰੇ ਪਿੰਡ ਦਾ, ਤੇ ਕੁਛ ਵੀ ਨਹੀਂ ਬਦਲਿਆ ਸਾਡੇ ਪਿੰਡ ਦਾ ਵੀ, ਸਰਕਾਰ ਵੀ ਬਦਲ ਗਈ, ਉਹਨਾਂ ਨੂੰ ਕੋਈ ਡਰ ਟੁੱਕਰ ਨਹੀਂ। ਉਸੇ ਤਰੀਕੇ ਨਾਲ ਹੀ ਰੀਐਡਮਿਸ਼ਨਾਂ ਲਈਆਂ ਗਈਆਂ, ਉਸੇ ਤਰੀਕੇ ਦੇ ਨਾਲ ਰੀਐਡਮਿਸ਼ਨਾਂ ਦਾ ਕੀ ਚੱਕਰ ਆ, ਕਿਉਂਕਿ ਦੇਖੋ ਇੱਕ ਬੱਚਾ ਜਦੋਂ ਸਕੂਲ ਦੇ ਵਿੱਚ ਦਾਖਲਾ ਲੈਂਦਾ ਉਹਦੇ ਤੋਂ ਲਿਆ ਜਾਂਦਾ 10-15 ਹਜ਼ਾਰ ਦਾਖਲੇ ਦਾ, ਜਦੋਂ ਉਹ ਕਲਾਸ ਇੱਕ ਕਲਾਸ ਦੇ ਵਿੱਚੋਂ ਪਾਸ ਆਊਟ ਹੋ ਕੇ ਦੂਜੀ ਕਲਾਸ ਚ ਜਾਂਦਾ, ਦੂਜੇ ਵਰੇ ਉਹਦੇ ਤੋਂ ਐਡਮਿਸ਼ਨ ਫਿਰ ਲਈ ਜਾਂਦੀ ਹੈ, ਜਿਹਨੂੰ ਰੀਐਡਮਿਸ਼ਨ ਦਾ ਨਾਮ ਲਿਆ ਜਾਂਦਾ। ਤੇ ਇੱਥੇ ਕਮਾਲ ਦੀ ਗੱਲ ਆ ਕਿ ਪਹਿਲੇ ਸਾਲ ਚ 10 ਹਜ਼ਾਰ ਹੈ, ਕਈ ਵਾਰੀ ਦੂਜੇ ਸਾਲ 12-12 ਹਜ਼ਾਰ ਵੀ ਕਰ ਦਿੰਦੇ ਆ, 12 ਹਜ਼ਾਰ ਉਹ ਰੀਐਡਮਿਸ਼ਨ ਹੋ ਗਈ, 3-4 ਮਹੀਨਿਆਂ ਦੀ ਇਕੱਠੀ ਫੀਸ ਭਰਾ ਲਈ, ਫਿਰ ਕਹਿਣਾ ਕਿ ਵਰਦੀਆਂ ਸਾਡੇ ਕੋਲੋਂ ਲਓ, ਬੁੱਕਸ ਆ ਜਿਹੜੀਆਂ ਉਹ ਸਾਡੇ ਕੋਲੋਂ ਲਓ, ਜੇ ਨਹੀਂ ਇੱਕ ਦੁਕਾਨ ਆ ਉੱਥੇ ਕਮਿਸ਼ਨ ਰੱਖਿਆ, ਉਹ ਕਮਿਸ਼ਨ ਵੀ ਖੇਡਿਆ, 500 ਵਾਲੀਆਂ ਕਿਤਾਬਾਂ 5 ਹਜ਼ਾਰ ਚ ਮੜ ਦਿੱਤੀਆਂ ਜਾਂਦੀਆਂ, 200-300 ਵਾਲੀ ਵਰਦੀ ਹੈ ਜਿਹੜੀ 7-800 ਚ ਉਹ ਪਾ ਦਿੰਦੇ ਆ। ਸੋ ਇਸ ਤਰੀਕੇ ਨਾਲ ਟਰਾਂਸਪੋਰਟ ਦਾ ਜਿਹੜਾ ਉਹ ਵੀ ਇੱਕ ਲੁੱਟ ਦਾ ਸਾਧਨ ਹੈ, ਉਹਦੇ ਚ ਵੀ ਬਹੁਤ ਉਹਲਾ। ਇਸ ਤਰ੍ਹਾਂ ਜੇ ਇੱਕ ਬੱਚਾ ਮੱਧਮ ਵਰਗੀ ਕਿਸੇ ਪਰਿਵਾਰ ਨੇ ਪੜ੍ਹਾਉਣਾ ਤੇ ਉਹ 30-35 ਹਜ਼ਾਰ 40 ਹਜ਼ਾਰ ਰੁਪਏ ਚ ਸਕੂਲ ਜਾਣ ਜੋਗਾ ਹੁੰਦਾ, ਖਾਸ ਤੌਰ ਤੇ ਨਵਾਂ ਸੈਸ਼ਨ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਸੰਕਟ ਬਣ ਜਾਂਦਾ, ਆਰਥਿਕ ਸੰਕਟ ਬਣ ਜਾਂਦਾ ਛੋਟੇ ਪਰਿਵਾਰਾਂ ਲਈ, ਮੱਧ ਵਰਗੀ ਪਰਿਵਾਰਾਂ ਲਈ ਜਿਹਦੇ 2 ਬੱਚੇ ਆ। ਰਾਜਕਰਨਵੀਰ ਸਿੰਘ ਜੀ ਉਹਦੇ ਕੋਲ ਸਰਕਾਰੀ ਸਕੂਲ ਦਾ ਆਪਸ਼ਨ ਵੀ ਹੈ ਨੀ, ਨਿੱਜੀ ਸਕੂਲ ਚੋਂ ਉਹਨੇ 2 ਬੱਚੇ ਕੱਲਣੇ ਆ, ਉਹਨੂੰ ਫਿਰ 2 ਬੱਚੇ ਸਕੂਲੇ ਨਵੇਂ ਸੈਸ਼ਨ ਚ ਕੱਲਣ ਲਈ 60-70 ਹਜ਼ਾਰ ਰੁਪਏ ਦਾ ਇੰਤਜ਼ਾਮ ਕਰਨਾ ਪਵੇਗਾ। ਪਿੰਡਾਂ ਦੇ ਵਿੱਚ ਅੱਜ ਕੱਲ 13ਵਾਂ ਮਹੀਨਾ ਕਹਿੰਦੇ ਆ,
ਇਹਨਾਂ ਦਿਨਾਂ ਨੂੰ 13ਵਾਂ ਮਹੀਨਾ, ਵੈਸੇ ਕੈਲੰਡਰ ਚ ਨਾ ਲੱਭਣ ਲੱਗ ਜਾਓ 13ਵਾਂ ਮਹੀਨਾ ਕਿਤੇ ਨਹੀਂ ਹੁੰਦਾ। 13ਵਾਂ ਮਹੀਨਾ ਪੇਂਡੂ ਲੋਕਾਂ ਦੀ ਜ਼ਿੰਦਗੀ ਚ ਆਉਂਦਾ, ਜਦੋਂ ਕਿਸੇ ਪਾਸਿਓਂ ਵੀ ਜੁਗਾੜ ਨਹੀਂ ਹੁੰਦਾ ਉਹਨੂੰ 13ਵਾਂ ਮਹੀਨਾ ਕਹਿੰਦੇ ਆ। ਤੇ 13ਵੇਂ ਮਹੀਨੇ ਚ ਆਮ ਬੰਦੇ ਨੇ ਜੇ ਬੱਚਾ ਆਪਦਾ ਸਕੂਲੇ ਤੋਰਨਾ, ਜੇ 2 ਸਕੂਲੇ ਤੋਰਨੇ ਆ, ਕਿੱਥੋਂ 60-70 ਹਜ਼ਾਰ ਰੁਪਏ ਦਾ ਕਿੱਥੋਂ ਇੰਤਜ਼ਾਮ ਕਰੇਗਾ। ਐਤਕੀ ਸਾਰੇ ਪੇਰੈਂਟਸ ਜਿਹੜੇ ਉਹ ਕੈਪਟਨ ਸਾਹਿਬ ਵੱਲ ਵੇਂਦੇ ਸਨ ਕਿ ਸ਼ਾਇਦ ਕੈਪਟਨ ਸਾਹਿਬ ਇਸ ਪਾਸੇ ਰੁਖ ਕਰਨਗੇ, ਪਰ ਅਫਸੋਸ ਦੀ ਗੱਲ ਇਹਨਾਂ ਕੱਖ ਨਹੀਂ ਕੀਤਾ। ਉਂਝ ਅੱਜ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਬਾਈਟ ਦਿੱਤੀ ਹੈ, ਕਹਿੰਦੇ ਜੀ ਅਸੀਂ ਰੈਗੂਲੇਟਰੀ ਕਮੇਟੀਆਂ ਦਾ ਗਠਨ ਕਰਾਂਗੇ, 2-4 ਮਹੀਨਿਆਂ ਚ ਅਸੀਂ ਕਰ ਦਿਆਂਗੇ। ਤੇ ਫਿਰ ਉਹ ਈਦ ਦੇ ਪਿੱਛੋਂ ਤੰਬਾ ਫੂਕਣ ਦਾ ਕੀ ਫਾਇਦਾ? ਹੁਣ ਜਦੋਂ ਲੋੜ ਤਾਂ ਇਸ ਸਮੇਂ ਸੀ, ਦਸੰਬਰ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਰੈਗੂਲੇਟਰੀ ਕਮੇਟੀਆਂ ਬਣਨਗੀਆਂ, ਪਰ ਉਹ ਬਣੀਆਂ ਨੀ, ਕਮੇਟੀਆਂ ਮਿੱਟੀ ਹੋ ਗਈਆਂ। ਦੂਜੇ ਪਾਸੇ ਇਹਨਾਂ ਨੇ ਵੀ ਹੁਣ ਚਾਰ ਮਹੀਨਿਆਂ ਦਾ ਲੱਕੜ ਦਾ ਮੁੰਡਾ ਫੜਾ ਦਿੱਤਾ ਕਿ 4 ਮਹੀਨੇ ਇਹਦੇ ਨਾਲ ਖੇਡੀ ਚੱਲੋ। ਸੋ ਜ਼ਰੂਰਤ ਸੀ ਕਿ ਇਸ ਸਮੇਂ ਜਦੋਂ ਲੋਹਾ ਗਰਮ ਸੀ, ਚੋਟ ਮਾਰਦੇ ਸੱਟ ਮਾਰਦੇ, ਉਹਦੇ ਨਾਲ ਲੋਕਾਂ ਦੇ ਵਿੱਚ ਇਹਨਾਂ ਦੀ ਭੱਲ ਵੀ ਬਣਦੀ, ਪਰ ਲੋਕਾਂ ਦਾ ਵੀ ਥੋੜਾ ਜਿਹਾ ਸਾਹ ਸੁਖਾਲਾ ਹੁੰਦਾ। ਅਫਸੋਸ ਦੀ ਗੱਲ ਆ ਜਿਹੜੇ ਵੱਡੇ ਸਮਗਲਰ ਸੀਗੇ ਉਹ ਚੁੱਪ ਕਰਕੇ ਬਹਿ ਗਏ। ਉਹਨਾਂ ਨੇ ਕਿਹਾ ਕਿ ਤੇਲ ਵੇਖੋ, ਤੇਲ ਦੀ ਧਾਰ ਵੇਖੋ, ਉਹ ਚੁੱਪ ਕਰਕੇ ਬਹਿ ਗਏ। ਪਰ ਜਿਹੜੇ ਉਹਨਾਂ ਦੇ ਪਾਂਧੀ ਸਨ, ਜਿਹੜੇ ਉਹਨਾਂ ਦੇ ਕਰਿੰਦੇ ਸਨ, ਉਹ ਕੰਮ ਕਰਦੇ ਆ, ਅੱਜ ਵੀ ਕਰਦੇ ਆ। ਉਹ ਸਗੋਂ ਦੁੱਗਣਾ ਪ੍ਰੋਫਿਟ ਦੇ ਰਿਹਾ ਉਹਨਾਂ ਨੂੰ। ਪ੍ਰੋਫਿਟ ਕਿੱਦਾਂ ਦੇ ਰਿਹਾ ਕਿ ਜਿਹੜੀ ਬਿੱਟ, ਜਿਹੜੀ ਆਪਾਂ 1 ਗ੍ਰਾਮ ਕੋਈ ਸਿੰਥੈਟਿਕ ਡਰੱਗ ਆ, ਉਹਦਾ 8ਵਾਂ, 5ਵਾਂ, 10ਵਾਂ ਹਿੱਸਾ ਉਹਨੂੰ ਬਿੱਟ ਕਹਿ ਦਿੰਦੇ ਆ। ਕੁੜੀਆਂ ਚ ਵਿਕਦੀ ਆ ਜਿਹੜੀ ਜਿਹੜੀ ਬਿੱਟ 500-700 ਦੀ ਵਿਕਦੀ ਸੀ, ਉਹ 4-5 ਹਜ਼ਾਰ ਤੱਕ ਚਲੇਗੀ। ਉੱਥੇ ਕਮਾਈ ਦਾ ਸਾਧਨ ਬਣ ਗਿਆ ਸਗੋਂ ਉਹਨਾਂ ਦਾ। ਹੁਣ ਜਿਹੜੇ ਫੜੇ ਜਾਂਦੇ ਆ, ਇਹ ਜਿਹੜੇ ਕਹਿੰਦੇ ਕਿ ਜੀ ਅਸੀਂ 487 ਬੰਦੇ ਫੜ ਲਏ ਆ, 487 ਫੜ ਲਏ, 385 ਕੇਸ ਦਰਜ ਕਰ ਲਏ ਆ, ਇਹ ਠੀਕ ਉਸੇ ਤਰ੍ਹਾਂ ਦੀਆਂ ਹੀ ਗ੍ਰਿਫਤਾਰੀਆਂ ਨੇ ਜਿੱਦਾਂ ਦੀਆਂ ਗ੍ਰਿਫਤਾਰੀਆਂ ਲੋਕ ਸਭਾ ਦਾ ਇਲੈਕਸ਼ਨ ਹਾਰ ਕੇ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਸੀ। ਕੋਈ ਸਾਈਕਲ ਤੇ ਜਾਂਦਾ ਅਮਲੀ ਫੜ ਲਿਆ, ਕੋਈ ਕੱਸੀ ਤੇ ਭੁੱਕੀ ਖਾਂਦਾ ਫੜ ਲਿਆ, ਆ ਸਮਗਲਰ ਫੜਿਆ ਜੀ, ਸਮਗਲਰ ਫੜਿਆ। ਜਦੋਂ ਆਰ ਟੀ ਆਈ ਪਾ ਕੇ ਇੱਕ ਬੰਦੇ ਨੇ ਪੁੱਛਿਆ ਕਿ ਜੀ ਐਫ ਆਈ ਆਰ ਦੀਆਂ ਸਾਰੀਆਂ ਮੈਨੂੰ ਦੱਸੋ ਕਿ ਕਿਵੇਂ ਕਿਵੇਂ ਕੱਟੀਆਂ, ਤੇ ਉਹ ਸਾਰੀਆਂ ਜਿਹੜੀਆਂ ਐਫ ਆਈ ਆਰ ਸੀ ਬਹੁਤੀਆਂ ਉਹ ਸਿਮਿਲਰ ਹੀ ਸੀ ਕਿ ਜੀ ਫਲਾਣਾ ਬੰਦਾ ਆਇਆ ਸੀ, ਉਹਨੇ ਸਾਈਕਲ ਦੇ ਅੱਗੇ ਝੋਲਾ ਟੰਗਿਆ ਸੀ, ਉਹ ਜਦੋਂ ਨਾਕਾ ਵੇਖਿਆ ਉਹਨੇ ਸਾਈਕਲ ਸੁੱਟਿਆ, ਖੱਬੇ ਪਾਸੇ ਭੱਜਿਆ, ਪੁਲਿਸ ਦੇ ਜਵਾਨਾਂ ਨੇ ਪਿੱਛਾ ਕੀਤਾ, ਫਿਰ ਉਹਨੂੰ ਫੜ ਕੇ ਜਦੋਂ ਤਲਾਸ਼ੀ ਲਈ ਗਈ ਉਹਦੇ ਝੋਲੇ ਚੋਂ ਆ ਸਮਾਨ ਬਰਾਮਦ ਹੋਇਆ। ਉਹ ਸਾਰੇ ਸਵਾਲ ਕਰਦੇ ਸਨ ਕਿ ਸਾਰੇ ਜਿਹੜੇ ਖੱਬੇ ਪਾਸੇ ਕਿਉਂ ਭੱਜਦੇ ਆ, ਕਿਉਂਕਿ ਸਾਰੀਆਂ ਇੱਕੋ ਜਿਹੀਆਂ ਸੀ ਕਹਾਣੀਆਂ, ਸਾਰੀਆਂ ਇੱਕੋ ਜਿਹੀਆਂ ਸੀ। ਉਹ ਕਹਿੰਦੇ ਇੱਕ ਜਣਾ ਵੀ ਸੱਜੇ ਪਾਸੇ ਨੀ ਭੱਜਦਾ। ਸੋ ਇਹ ਖੱਬੇ ਭੱਜਣ ਖੱਬੇ ਵਾਲੇ ਪਾਸੇ ਹੀ ਹੈ, ਸੱਜੇ ਵਾਲੇ ਪਾਸੇ ਜਿਹੜੇ ਭੱਜਣ ਵਾਲੇ ਹਾਲੇ ਤੱਕ ਫੜੇ ਨਹੀਂ ਗਏ। ਉਹਦਾ ਸ਼ੁਰੂਆਤ ਇਹਨਾਂ ਚੰਗੀ ਕੀਤੀ ਹੈ, ਜਿਹੜੀ ਐਸ ਟੀ ਐਫ ਬਣੀ ਹੈ ਉਹਦੇ ਇਹਨਾਂ ਨੇ ਜਿਹੜੇ ਮੁਖੀ ਲਾਏ ਉਹ ਲਾਏ ਹਰਪ੍ਰੀਤ ਸਿੰਘ ਸਿੱਧੂ, ਕਾਫੀ ਤਜਰਬੇਕਾਰ ਅਫਸਰ ਆ ਤੇ ਕਾਫੀ ਦਬੰਗ ਟਾਈਪ ਦੇ ਅਫਸਰ ਆ। ਉਹਨਾਂ ਨੂੰ ਅੱਜ ਖੁੱਲ ਦੇ ਦਿੱਤੀ ਗਈ ਕਿ ਭਾਈ ਤੁਸੀਂ ਆਪਣੇ ਪੱਧਰ ਦਾ ਕੰਮ ਕਰੋ ਤੇ ਤੁਹਾਡਾ ਜਿਹੜਾ ਦਫ਼ਤਰ ਹੋਏਗਾ ਸਿੱਧਾ ਮੁੱਖ ਮੰਤਰੀ ਦੇ ਨਾਲ ਰਾਬਤਾ ਰੱਖੇਗਾ, ਯਾਨੀ ਤੁਹਾਡੇ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ। ਪਰ ਜਿੱਦਾਂ ਤੁਸੀਂ ਖਬਰ ਸੁਣ ਵੀ ਲਈ ਹੋਣੀ ਆ ਕਿ ਇੱਥੇ ਸਮੱਸਿਆਵਾਂ ਬਹੁਤ ਤਰ੍ਹਾਂ ਦੀਆਂ। ਆ ਸਾਡੇ ਅੱਜ ਇੱਕ ਰਿਪੋਰਟ ਆਈ ਹੈ ਟ੍ਰਿਬਿਊਨ ਦੇ ਵਿੱਚ ਛਪੀ ਆ ਕਿ ਏਮਸ ਦੀ ਸਟੱਡੀ ਹੈ, ਸਟੱਡੀ ਇਹ ਕਹਿੰਦੀ ਹੈ ਕਿ 450 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਦੀ ਖਪਤ ਹੈ ਸਾਡੇ ਇੱਥੇ 1 ਸਾਲ ਦੀ। ਕੱਲਾ ਸਿੰਥੈਟਿਕ ਡਰੱਗ ਹੀ ਨਹੀਂ, ਅਸੀਂ ਜੇ ਕੁਦਰਤੀ ਨਸ਼ੇ ਆ ਜਿਹੜੇ ਫੀਮ ਭੁੱਕੀ ਉਹਨੂੰ ਛੱਡ ਦਈਏ, ਬਾਕੀ ਸਾਰੇ ਨਸ਼ੇ ਤੇ ਸਾਡੇ ਲਈ ਸਮੱਸਿਆ ਨਾ। ਤੁਸੀਂ ਇੱਕ ਪਾਸੇ ਹੁਣ ਜੇ ਜਾ ਰਹੇ ਹੋ, ਦੂਜੇ ਪਾਸੇ ਜਿਹੜੀ ਨਸ਼ੀਲੀਆਂ ਗੋਲੀਆਂ ਦੀ ਟੀਕਿਆਂ ਦੀ ਖਪਤ ਹੈ, ਇਹਦੇ ਬਾਰੇ ਤੁਸੀਂ ਸੋਚੋਗੇ ਨੀ ਤਾਂ ਹੋਏਗਾ ਕੀ? ਰਾਜ ਕਰਮਵੀਰ ਸਿੰਘ ਜੀ, ਜਦੋਂ ਸਖਤੀ ਹੋਏਗੀ ਸਿੰਥੈਟਿਕ ਡਰੱਗ ਦੀ ਬੇਸ਼ੱਕ ਸਪਲਾਈ ਲਾਈਨ ਕੱਟ ਦੇਣਗੇ, ਤਾਂ ਹੋਏਗਾ ਕੀ ਕਿ ਜਿਹੜੀਆਂ ਇਹ ਨਸ਼ੀਲੀਆਂ ਗੋਲੀਆਂ ਟੀਕੇ ਇਹ ਜ਼ਿਆਦਾ ਵਿਕਣ ਅਮਲੀ ਹੈ ਜਿਹੜੇ ਉਹ ਇੱਧਰ ਆ ਜਾਣਗੇ। ਅਲਟਰਨੇਟਿਵ ਲੱਭਣਾ ਨਾ, ਨਸ਼ੈਲੀ ਕੋਲ ਜੇ ਅਲਟਰਨੇਟਿਵ ਆ ਤੇ ਉਹ ਉੱਧਰ ਹੋ ਜਾਏਗਾ, 2-4 ਦਿਨ ਉਹਨੂੰ ਚਿੱਤ ਘੁੰਮਾਉਂ ਜਾਂ ਹੋਊ, ਫਿਰ ਉਹਨੂੰ ਉਹੀ ਸਰੂਰ ਆਉਣ ਲੱਗ ਪੈਣਾ, ਨੂਰੀ ਝੂਟੇ ਫਿਰ ਉਹੀ ਆਉਣ ਲੱਗ ਪੈਣੇ, 4 ਦਿਨ ਦੀ ਚਾਨਣੀ ਫਿਰ ਹਨੇਰੀ ਰਾਤ, ਗੱਲ ਉੱਥੇ ਦੀ ਉੱਥੇ ਆ। ਤੇ ਇਹ ਤੁਸੀਂ ਦੇਖਿਆ ਹੀ ਆ, ਇਸ ਰਿਪੋਰਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪੜ੍ਹ ਲਈ ਹੋਣੀ ਆ ਕਿ 25,000 ਸਾਡੇ ਇੱਥੇ ਮੈਡੀਕਲ ਆ, ਜਿਹਦੇ ਚ 25,000 ਦੇ ਵਿੱਚ ਮੇਰੇ ਖਿਆਲ ਦੇ ਨਾਲ 17,000 ਦੂਜੇ ਆ ਪ੍ਰਚੂਨ ਵਾਲੇ, 8,000 ਵਿੱਚ ਥੋਕ ਵਾਲੇ ਆ। ਇਹਨਾਂ ਦੀ ਨਿਗਰਾਨੀ ਲਈ ਇੱਥੇ ਸਿਰਫ ਤੇ ਸਿਰਫ 48 ਡਰੱਗ ਇੰਸਪੈਕਟਰ ਆ। 48 ਦੇ ਵਿੱਚੋਂ ਕੋਈ ਬਿਮਾਰ ਹੋ ਗਿਆ, ਕੋਈ ਵਿਆਹ ਸ਼ਾਦੀ ਤੇ ਚਲੇ ਗਿਆ,
ਕਿਸੇ ਦਾ ਘਰ ਵਾਲੀ ਨਾਲ ਘੁੰਮਣ ਦਾ ਪ੍ਰੋਗਰਾਮ ਬਣ ਗਿਆ ਤੇ ਕਿੰਨੇ ਕੁ ਰਹਿ ਗਏ ਤੇ ਉਹਨਾਂ ਦੇ ਹਿੱਸੇ ਕਿੰਨੀਆਂ ਦੁਕਾਨਾਂ ਆ ਗਈਆਂ ਰੋਜ਼ਮਰਾ ਦੀ ਕਿੱਥੇ ਕਿੱਥੇ ਚੈਕਿੰਗ ਕਰਦੇ ਹੋਣਗੇ ਇਹ ਬਹੁਤ ਵੱਡੇ ਸਵਾਲ ਆ ਕੈਪਟਨ ਸਾਹਿਬ ਠੀਕ ਹੈ ਦੱਸ ਦਿਓ ਕਿ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ ਜੋ ਉਹਦਾ ਕੈਪਟਨ ਦਾ ਅੰਦਾਜ਼ ਆ ਕੈਪਟਨ ਦਾ ਰੋਬਦਾਰ ਇੱਕ ਇੱਕ ਭਾਸ਼ਣ ਦਾ ਰੋਬਦਾਰ ਭਾਸ਼ਣ ਦਾ ਇੱਕ ਉਹਦਾ ਸਲੀਕਾ ਹੈ ਪਰ ਅਸਲ ਦੇ ਵਿੱਚ ਜ਼ਮੀਨ ਤੇ ਉਤਰ ਕੇ ਜਦੋਂ ਕੰਮ ਕਰਨਾ ਤੇ ਚੁਣੌਤੀਆਂ ਬਹੁਤ ਨੇ ਮੈਨੂੰ ਨਹੀਂ ਲੱਗਦਾ ਜਿਹੜਾ 4 ਹਫ਼ਤਿਆਂ ਦਾ ਇਹਨਾਂ ਨੇ ਟੀਚਾ ਰੱਖਿਆ ਸੀ ਵੈਸੇ ਸੁਰ ਤੇ ਬਦਲ ਗਿਆ ਕੈਪਟਨ ਅਮਰਿੰਦਰ ਸਿੰਘ ਹੁਣ ਕਹਿੰਦਾ ਜੀ ਚਿੱਟਾ ਸਿੰਥੈਟਿਕ ਡਰੱਗ ਚਿੱਟਾ ਸਿੰਥੈਟਿਕ ਡਰੱਗ ਪਹਿਲਾਂ ਨਸ਼ਾ ਕਹਿੰਦੇ ਸਨ ਜੀ ਜੀ ਨਸ਼ੇ ਤੇ ਚਿੱਟੇ ਦੇ ਵਿੱਚ ਬੜਾ ਫਰਕ ਆ ਚਿੱਟਾ ਇੱਕ ਬ੍ਰਾਂਡ ਆ ਨਸ਼ੇ ਦੇ ਵਿੱਚ ਸਾਰੇ ਬ੍ਰਾਂਡ ਆਉਂਦੇ ਆ ਜੀ ਨਸ਼ੇ ਦੇ ਵਿੱਚ ਧੋਖੇ ਵੀ ਫੀਮ ਵੀ ਟੀਕੇ ਵੀ ਗੋਲੀਆਂ ਵੀ ਸਮੈਕ ਵੀ ਕੋਕੀਨ ਵੀ ਭੰਗ ਵੀ ਸੁਲਫਾ ਵੀ ਉਹ ਸਾਰੀਆਂ ਚੀਜ਼ਾਂ ਛੱਡ ਕੇ ਕਹਿੰਦੇ ਜੀ ਅਸੀਂ ਚਿੱਟੇ ਤੇ ਸੋ ਇਹ ਪਹਿਲਾਂ ਚਿੱਟੇ ਤੇ ਜਾਣਗੇ ਅਸੀਂ ਫਿਰ ਵੀ ਉਡੀਕ ਕਰਦੇ ਹਾਂ ਕਿ ਚਲੋ ਚਿੱਟਾ ਹੀ ਖਤਮ ਕਰ ਦੇਣ ਸਿੰਥੈਟਿਕ ਡਰੱਗ ਹੀ ਖਤਮ ਕਰ ਦੇਣ ਪਰ ਜੇਕਰ ਨਸ਼ਾ ਖਤਮ ਕਰਨਾ ਪੰਜਾਬ ਦੀ ਧਰਤੀ ਤੋਂ ਵੈਸੇ ਤਾਂ ਹੋਣਾ ਨਹੀਂ ਪਰ ਜੇ ਇਹੋ ਜਿਹਾ ਨਸ਼ਾ ਜਿੱਦਾਂ ਮੈਡੀਕਲ ਨਸ਼ਾ ਜੇ ਇਹਨੂੰ ਘੱਟ ਕਰਨਾ ਦੇਖੋ ਹਾਲੇ ਤੇ ਗੱਡੀ ਗੇਅਰ ਦੇ ਵਿੱਚ ਪਈ ਹੈ ਦੇਖੋ ਅੱਗੇ ਅੱਗੇ ਕਿੰਨੇ ਯੂ-ਟਰਨ ਵੱਜਦੇ ਆ ਕਦੀ ਇਸ ਮੋੜ ਤੇ ਕਦੀ ਉਸ ਮੋੜ ਤੇ ਉਹ ਜਿੱਦਾਂ ਮਕਬੂਲ ਗਾਇਆ ਕਰਦਾ ਸੀ ਨਾ ਅਸੀਂ ਕਤਲ ਹਮੇਸ਼ਾ ਹੋਏ ਕਦੀ ਇਸ ਮੋੜ ਤੇ ਕਦੀ ਉਸ ਮੋੜ ਤੇ ਤੇ ਯੂ ਟਰਨ ਮਾਰਿਆ ਕਰਨਗੇ ਕਦੀ ਇਸ ਮੋੜ ਤੇ ਕਦੀ ਉਸ ਮੋੜ ਤੇ ਯੂ ਟਰਨ ਤਾਂ ਕੈਪਟਨ ਦੇ ਇੰਨੇ ਆ ਕੇ ਛੱਡੋ ਗੱਲ ਇੱਕ ਵਾਰੀ ਉਹ ਈਵੀਐਮ ਮਸ਼ੀਨਾਂ ਬਾਰੇ ਬੋਲਿਆ ਸੀ ਨਾ ਕੈਪਟਨ ਪਿੱਛੇ ਜੇ ਕਹਿੰਦਾ ਕਿ ਹਾਰ ਦੇ ਬਹਾਨੇ ਲਾਉਂਦਾ ਤੇ ਜਦੋਂ 2012 ਦੇ ਵਿੱਚ ਇਹ ਹਾਰਿਆ ਸੀਗਾ ਇਹ ਚਿੱਠੀ ਤੇ ਚਿੱਠੀ ਲਿਖੀ ਆਉਂਦਾ ਸੀ ਚੋਣ ਕਮਿਸ਼ਨ ਨੂੰ ਜੀ ਇਹਦਾ ਕੁਛ ਕਰੋ ਇਹਦਾ ਕੁਛ ਕਰੋ ਸਾਨੂੰ ਤਾਂ ਲੈ ਕੇ ਬਹਿ ਗਈ ਤੁਹਾਡੀ ਮਸ਼ੀਨ ਪਟਿਆਲੇ 23 ਦਸੰਬਰ ਨੂੰ ਆਖੀ ਜਾਂਦਾ ਸੀ ਮੈਂ ਐਤਕੀ ਇਲੈਕਸ਼ਨ ਨਹੀਂ ਲੜਨਾ 26 ਦਸੰਬਰ ਨੂੰ ਕਹਿੰਦਾ ਸੀਗਾ ਜੀ ਇਲੈਕਸ਼ਨ ਤੇ ਲੜਨਾ ਹੀ ਪੈਣਾ ਬੜੇ ਯੂ ਟਰਨ ਮਾਰਦਾ ਕੈਪਟਨ ਅਮਰਿੰਦਰ ਸਿੰਘ ਮਹਾਰਿਆ ਪਰ ਇਹਦੇ ਯੂ ਟਰਨ ਹੈ ਜਿਹੜੇ ਉਹ ਵੀ ਮਿੱਠੇ ਲੱਗਦੇ ਲੋਕਾਂ ਨੂੰ ਕਹਿੰਦੇ ਕਿ ਰਾਜਾ ਬਹੁਤ ਵਧੀਆ ਛੱਡੋ ਗੱਲਾਂ ਕੋਈ ਨੀਲੀਆਂ ਕਿਤੇ ਚੱਲਦੀਆਂ ਕਿਉਂਕਿ ਬਰਦਾਸ਼ਤ ਕਰਦੀ ਹੈ ਨਾ ਜਨਤਾ ਅੱਜ ਵੀ ਬੜੀ ਹਾਸੋਹੀਣੀ ਜੀ ਸਥਿਤੀ ਹੋਈ ਕੈਪਟਨ ਸਾਹਿਬ ਦੇ ਇਸ ਫੈਸਲੇ ਦੀ ਕਿਉਂਕਿ ਜਿਹੜੀ ਇਹਨਾਂ ਨੇ 18 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਕੀਤੀ ਸੀ ਉਹਦੇ ਚ ਕਹਿਤਾ ਕਿ ਲਾਲ ਬੱਤੀਆਂ ਪਈ ਜੇ ਕੋਈ ਲਾਉਂਦਾ ਤੇ ਲਾ ਲਵੇ ਏਦਾਂ ਦਾ ਫੈਸਲਾ ਕੀਤਾ ਸੀ ਗੋਲਮੋਲ ਜਿਹਾ ਹੋਇਆ ਕਿ ਅੱਜ ਟਰਾਂਸਪੋਰਟ ਵਿਭਾਗ ਨੇ ਇੱਕ ਲਿਖਤੀ ਹੁਕਮ ਜਾਰੀ ਕਰ ਦਿੱਤਾ ਉਹ ਲਿਖਤੀ ਹੁਕਮ ਕੀ ਸੀਗਾ ਬੜਾ ਦਿਲਚਸਪ ਸੀਗਾ ਕਿ ਜੀ ਜਿਹੜੇ ਇੱਥੋਂ ਦੇ ਟ੍ਰੈਫਿਕ ਦੇ ਮੁਖੀ ਆ ਪੁਲਿਸ ਮੁਖੀ ਉਹਨੂੰ ਹਦਾਇਤ ਕਰ ਦਿੱਤੀ ਗਈ ਕਿ ਦੇਖੋ ਜੀ ਜਿਹੜੇ ਕੈਬਨਿਟ ਮੰਤਰੀ ਆ ਜਾਂ ਐਂਬੂਲੈਂਸ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੇ ਕਾਫਲੇ ਦੀਆਂ ਗੱਡੀਆਂ ਇਹਨਾਂ ਤੇ ਲਾਲ ਬੱਤੀਆਂ ਲੱਗਣਗੀਆਂ ਜੀ ਔਰ ਕਮਾਲ ਦੀ ਗੱਲ ਇਹ ਕਿ ਇਸ ਹਦਾਇਤ ਦੇ ਮੁਤਾਬਕ ਗਵਰਨਰ ਸਾਹਿਬ ਨੂੰ ਬਾਹਰ ਰੱਖਿਆ ਗਿਆ ਗਵਰਨਰ ਸਾਹਿਬ ਦਾ ਨਾਮ ਹੀ ਨੀ ਜੀ ਇਹਨਾਂ ਨੇ ਇਹ ਫਹਿਰਿਸਤ ਕਰ ਲਈ ਗਵਰਨਰ ਸਾਹਿਬ ਤੇ ਸੋਚਦੇ ਹੋਣੇ ਆ ਕਿ ਉੱਠ ਨੀ ਉੱਠ ਪਾਪੀਏ ਖੈਰ ਕੱਤੀ ਵਾਹ ਪੈ ਗਿਆ ਨਾਲ ਕਪੱਤਿਆਂ ਦੇ ਕਿ ਇਹੋ ਜਿਹੇ ਕਪੱਤਿਆਂ ਨਾਲ ਵਾਹ ਪੈ ਗਿਆ ਕਿ ਮੈਨੂੰ ਹੀ ਸਾਈਡਲਾਈਨ ਕਰ ਦਿੱਤਾ ਹੋਇਆ ਕਿ ਸੋਸ਼ਲ ਮੀਡੀਆ ਤੇ ਉਹ ਹੱਥ ਲੱਗ ਗਈ ਸੋਸ਼ਲ ਮੀਡੀਆ ਤੇ ਜਿਹੜੀ ਚਿੱਠੀ ਕੱਢੀ ਸੀ ਇਹਨਾਂ ਨੇ ਸੋਸ਼ਲ ਮੀਡੀਆ ਨੇ ਫਿਰ ਧੁੱਪੀ ਕੱਢਤੀ ਉਹਨਾਂ ਨੇ ਖੁੰਭ ਥਪਾਈ ਇਹੋ ਜਿਹੀ ਕੀਤੀ ਕਿ ਅੱਧੇ ਘੰਟੇ ਬਾਅਦ ਪ੍ਰੈਸ ਨੋਟ ਜਾਰੀ ਕਰਨਾ ਪਿਆ ਕੈਪਟਨ ਸਰਕਾਰ ਨੂੰ ਕਿ ਹਾਲ ਦੁਆਈ ਅਸੀਂ ਉਹ ਜਿਹੜਾ ਫੈਸਲਾ ਉਹ ਨਹੀਂ ਲਿਆ ਇੱਥੋਂ ਤੱਕ ਸਫਾਈ ਦੇਣੀ ਪਈ ਜੇ ਉਹ ਕੋਈ ਟੈਕਨੀਕਲ ਗਲਤੀ ਹੋ ਗਈ ਕਲੈਰੀਕਲ ਕੋਈ ਗਲਤੀ ਹੋ ਗਈ ਉਹ ਇਸ ਤਰ੍ਹਾਂ ਜਾਰੀ ਹੋ ਗਈ ਹੁਣ ਅਸੀਂ ਉਹ ਵਾਪਸ ਲੈ ਲਿਆ ਸੋ ਟਰਾਂਸਪੋਰਟ ਵਿਭਾਗ ਵੱਲੋਂ ਜਿਹੜਾ ਲਿਖਤੀ ਹੁਕਮ ਦਿੱਤਾ ਸੀ ਉਹ ਕੈਪਟਨ ਸਰਕਾਰ ਦੇ ਇੱਕ ਪ੍ਰੈਸ ਨੋਟ ਨੇ ਆਪ ਹੀ ਰੱਦ ਕੀਤਾ ਸੋ ਆਪ ਹੀ ਉਹ ਹੁਕਮ ਜਾਰੀ ਕਰਵਾਇਆ ਆਪ ਇਹਨੂੰ ਰੱਦ ਕੀਤਾ ਇਹਨੂੰ ਯੂ ਟਰਨ ਕਹਿ ਲਓ ਜਾਂ ਅੱਗੇ ਜਾ ਕੇ ਵਾਈ ਟਰਨ ਕਹਿ ਲਓ ਜੋ ਮਰਜ਼ੀ ਕਹਿ ਲਓ ਪਰ ਹੋਰ ਟਰਨ ਵੀ ਵੱਜਣ ਦੀ ਸੰਭਾਵਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਰ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਤਰ੍ਹਾਂ ਕੀਤਾ ਕਿ ਇੱਕ ਵਾਰੀ ਉੱਧਰ ਤੇ ਇੱਧਰ ਉੱਧਰ ਚ ਫਿਰ ਕਿਤੇ ਡਰ ਬਣਿਆ ਰਹੂਗਾ ਕਿ ਕਦਮ ਲੜਖੜਾ ਕੇ ਇਹ ਮੁੱਦੇ ਮੂੰਹ ਨਾ ਡਿੱਗ ਪੈਣ ਸੰਭਲ ਕੇ ਚੱਲਣ ਦੀ ਲੋੜ ਆ ਬਿਲਕੁਲ ਬਿਲਕੁਲ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਅਸੀਂ ਮਿੰਟੂ ਜੀ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਅਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਯੂਨੀਵਰਸਿਟੀ ਰਹੋ ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA